ਮੈਂ ਇਸ ਦਫ਼ਾ ਲਾਹੌਰ ਇੱਕ ਵੱਡਾ ਫਾਰਮ ਲੈ ਕੇ ਤਕਰੀਬਨ 1000 ਵੱਛਾ ਖੜਾ ਕਰਾਂਗਾ, ਜਿੱਥੇ ਵੱਛੇ ਦੀ ਕੀਮਤ 50 ਲੱਖ ਕਰੋੜ ਰੁਪਇਆ ਵੀ ਹੋਏਗੀ, ਔਰ ਇਨਸ਼ਾਅੱਲਾ ਅਸੀਂ ਕਰਾਚੀ ਦੇ ਲੈਵਲ ਤੋਂ ਅੱਗੇ ਨਿਕਲਾਂਗੇ ਇਨਸ਼ਾਅੱਲਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਨਾਜ਼ਰੀਨ। ਰਜ਼ਾ ਇਬਰਾਹਿਮ ਇੱਕ ਵਾਰ ਫਿਰ ਆਪਕੀ ਖਿਦਮਤ ਮੈਂ ਹਾਜ਼ਰ ਹੈ, ਔਰ ਆਜ ਹਮ ਆਪਕੇ ਲਈ ਇੱਕ ਐਸੇ ਫਾਰਮ ਪਰ ਮੌਜੂਦ ਹੈ, ਹਾਫਜ਼ ਕੈਟਲ ਫਾਰਮ ਪਰ, ਜਹਾਂ ਪਰ ਅਗਰ ਆਪ ਕੁਰਬਾਨੀ ਕਾ ਸ਼ੌਕ ਕਰਨਾ ਚਾਹਤੇ ਹੈ ਯਾ ਬਿਜ਼ਨਸ ਕਰਨਾ ਚਾਹਤੇ ਹੈ, ਆਜ ਹਾਫਜ਼ ਸਾਹਿਬ ਆਪਕੇ ਲਈ ਇੱਕ ਐਸੀ ਆਫਰ ਲੈ ਕਰ ਰਹੇ ਕਿ ਆਪ ਸੁਣ ਕਰ ਹੈਰਾਨ ਪਰੇਸ਼ਾਨ ਹੋ ਜਾਏਂਗੇ ਕਿ ਆਪਨੇ ਸਿਰਫ ਔਰ ਸਿਰਫ ਜਾਨਵਰੋਂ ਕੇ ਲਈ ਪੈਸੇ ਦੇਣੇ ਹੈ, ਔਰ ਹਾਫਜ਼ ਸਾਹਿਬ ਨੇ ਜਾਨਵਰ ਖਰੀਦ ਕਰ ਮੰਡੀ ਸੇ ਆਪਣੇ ਪਲਾਈ ਸੈਂਟਰ ਪੇ ਆਜ ਇਸ ਫਾਰਮ ਪਰ ਮੌਜੂਦ ਹੈ। ਸਿਰਫ ਫਾਰਮ ਨਹੀਂ ਬਲਕਿ ਪਲਾਈ ਸੈਂਟਰ ਹੈ, ਯਹਾਂ ਪਰ ਆਪਣੇ ਜਾਨਵਰ ਪਾਲ ਕਰ ਆਪਕੋ ਕੁਰਬਾਨੀ ਕੇ ਲਈ ਏਕ ਸਾਲ ਬਾਅਦ ਆਪਕੇ ਘਰ ਤੱਕ ਛੋੜ ਕਰ ਆਏਗੇ, ਔਰ ਹਾਫਜ਼ ਸਾਹਿਬ ਸੇ ਮੁਕੰਮਲ ਡਿਟੇਲ ਲੇਤੇ ਹੈ ਕਿ ਇਹ ਜੋ ਜਾਨਵਰ ਆਪਕੇ ਲਈ ਪਾਲੇਂਗੇ ਇਨਕਾ ਖਰਚਾ ਕਿਆ ਲੇਂਗੇ, ਛੋਟੇ ਜਾਨਵਰ ਕਾ ਕਿਆ ਰੇਟ ਹੈ, ਬੜੇ ਜਾਨਵਰ ਕਾ ਕਿਆ ਰੇਟ ਹੈ, ਔਰ ਉਸਕੇ ਇਲਾਵਾ ਅਗਰ ਆਪ ਖੁਦ ਜਾਨਵਰ ਆਪਣੇ 5 ਜਾਨਵਰ ਯਹਾਂ ਪਰ ਪਾਲ ਕਰ ਖੁਦ ਸੇਲ ਕਰਨਾ ਚਾਹੇ ਤੋ ਕਰ ਸਕਤੇ ਹੈ, ਯਾ ਫਿਰ ਆਪ ਆਪਣੇ ਜਾਨਵਰ ਇਨ੍ਹੀਂ ਸੇ ਸੇਲ ਕਰਵਾਉਣਾ ਚਾਹਤੇ ਹੈ ਤੋ ਕੈਸੇ ਕਰਵਾ ਸਕਤੇ ਹੈ, ਬਾਈ ਸੇ ਮੁਕੰਮਲ ਡਿਟੇਲ ਲੇਤੇ ਹੈ। ਵੀਡੀਓ ਪੂਰੀ ਦੇਖਣੀ ਹੈ, ਇਸ ਵੀਡੀਓ ਮੈਂ ਆਪਕੋ ਏਕ ਏਕ ਜਾਨਵਰ ਕਾ ਰੇਟ ਵੀ ਬਤਾਇਆ ਜਾਏਗਾ, ਆਪ ਸਕਰੀਨਸ਼ੂਟ ਲੈ ਕੇ ਕੋਈ ਵੀ ਜਾਨਵਰ ਆਪਣਾ ਪਸੰਦ ਕਰਕੇ ਫਾਰਮ ਪਰ ਇੱਧਰ ਹੀ ਰੱਖ ਕੇ ਸਲਾਨਾ ਕੁਰਬਾਨੀ ਕੇ ਲਈ ਪਲਵਾ ਸਕਤੇ ਹੈ, ਬਾਈ ਸੇ ਮੁਕੰਮਲ ਡਿਟੇਲ ਲੇਤੇ ਹੈ। ਅਸਲਾਮ ਅਲੈਕੁਮ ਜੀ। ਜੀ ਵਾਲੇਕੁਮ ਸਲਾਮ ਰਹਿਮਤੁਲਲਾਹ। ਸਰ ਜੀ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਰਜ਼ਾ ਬਾਈ। ਸਰ ਜੀ ਸਭ ਤੋਂ ਪਹਿਲੇ ਮੇਰੇ ਵੇਖਣ ਵਾਲਿਆਂ ਨੂੰ ਆਪਣੇ ਫਾਰਮ ਦਾ ਅਤੇ ਆਪਣਾ ਤਾਰਫ ਕਰਵਾਓ। ਅੱਛਾ ਜੀ, ਮੇਰਾ ਨਾਮ ਇਨਾਮ ਅਨਸਾਰੀ ਹੈ ਜੀ। ਰਜ਼ਾ ਇਬਰਾਹਿਮ ਭਾਈ ਸਾਡੇ ਫਾਰਮ 'ਤੇ ਨੇ, ਸਾਡੇ ਫਾਰਮ ਦਾ ਨਾਮ ਹੈ ਹਾਫਿਜ਼ ਕੈਟਲ ਫਾਰਮ ਐਂਡ ਪਲਾਈ ਸੈਂਟਰ, ਔਰ ਇਹ ਵਾਕਿਆ ਹੈ ਰਾਜੋਵਾਲ, ਜ਼ਿਲ੍ਹਾ ਉਕਾੜਾ, ਤਹਿਸੀਲ ਦੀਪਾਲਪੁਰ, ਮੇਨ ਕਸੂਰ ਦੀਪਾਲਪੁਰ ਰੋਡ ਦੇ ਉੱਪਰ ਵਾਕਿਆ ਹੈ। ਵੱਡਾ ਰੋਡ ਹੈ, ਡਬਲ ਰੋਡ ਹੈ, ਵਨ ਵੇ ਰੋਡ ਹੈ, ਅਤੇ ਰਜ਼ਾ ਇਬਰਾਹਿਮ ਭਾਈ ਨੂੰ ਬੁਲਵਾਇਆ ਅਸੀਂ ਇਹਨਾਂ ਨੂੰ, ਸਾਡੇ ਕੋਲ ਖੂਬਸੂਰਤ ਵੱਛੇ ਖੜੇ ਨੇ ਪਲਾਈ ਵਾਲੇ, ਔਰ ਇਹ ਸਾਡਾ ਪਲਾਈ ਸੈਂਟਰ ਹੈ। ਪਲਾਈ ਸੈਂਟਰ ਤੋਂ ਮੁਰਾਦ ਇਹ ਆ ਕਿ ਅਗਰ ਤੁਸੀਂ ਕੁਰਬਾਨੀ ਕਰਨਾ ਚਾਹੁੰਦੇ ਜੇ, ਸ਼ੋਅ ਕਰਨਾ ਚਾਹੁੰਦੇ ਜੇ, ਤੁਸੀਂ ਚਾਹੁੰਦੇ ਕਿ ਅਸੀਂ ਪੂਰਾ ਸਾਲ ਆਪਦੇ ਬੱਚੇ ਨੂੰ ਦੇਖਦੇ ਰਹੀਏ, ਉਹਦੀ ਕੇਅਰ ਕਰਵਾਉਂਦੇ ਰਹੀਏ, ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰੋ। ਜਿਹੜਾ ਬੱਚਾ ਤੁਸੀਂ ਪਸੰਦ ਕਰੋਗੇ ਉਹ ਬੱਚਾ ਅਸੀਂ ਤੁਹਾਨੂੰ ਜਿੰਨੇ ਦਾ ਮੰਡੀ 'ਚੋਂ ਖਰੀਦਾਂਗੇ ਉਹਨੇ ਦਾ ਬੱਚਾ ਤੁਹਾਨੂੰ ਦੇ ਦੇਵਾਂਗੇ, ਉਹ ਪੈਸੇ ਤੁਸੀਂ ਸਾਨੂੰ ਦੇ ਦਿਓਗੇ, ਔਰ ਉਹ ਬੱਚਾ ਪੂਰਾ ਸਾਲ ਕੁਰਬਾਨੀ ਤੱਕ ਸਾਡੇ ਫਾਰਮ 'ਤੇ ਰਹੇਗਾ, ਔਰ ਅਸੀਂ ਤੁਹਾਡੇ ਬੱਚੇ ਦੀ ਅੱਛੀ ਕੇਅਰ ਕਰਾਂਗੇ, ਅੱਛੀ ਖੁਰਾਕ ਦੇਵਾਂਗੇ, ਜਿਹਦੇ ਅੰਦਰ ਅਸੀਂ ਦੇਸੀ ਵੰਡਾ ਜਿਹੜਾ ਅਸੀਂ ਆਪ ਤਿਆਰ ਕਰ ਰਹੇ ਹਾਂ, ਸੈਲੇਜ ਆਪਦਾ ਤਿਆਰ ਕੀਤਾ ਹੋਇਆ, ਤੂੜੀ ਔਰ ਆਲੂ, ਇਹ 4 ਚੀਜ਼ਾਂ 'ਤੇ ਅਸੀਂ ਫਾਰਮਿੰਗ ਕਰਾਂਗੇ, ਔਰ ਕੁਰਬਾਨੀ 'ਤੇ ਤੁਹਾਨੂੰ ਇਨਸ਼ਾਅੱਲਾ ਅੱਛਾ ਰਿਜ਼ਲਟ ਦੇਵਾਂਗੇ, ਜਾਨਵਰ ਲਾਜਵਾਬ ਤਿਆਰ ਕਰਕੇ ਦੇਵਾਂਗੇ। ਅਗਰ ਕੋਈ ਦੋਸਤ ਇਹ ਚਾਹੁੰਦਾ ਹੈ ਕਿ ਉਹ 4-5 ਵੱਛੇ ਖਰੀਦੇ ਔਰ ਉਹਨਾਂ ਨੂੰ ਸਾਡੇ ਕੋਲ ਉਹਦੀ ਪਲਾਈ ਕਰਵਾਵੇ, ਪਲਾਈ ਕਰਵਾਉਣ ਤੋਂ ਬਾਅਦ ਕੁਰਬਾਨੀ ਦੇ ਉਹਨਾਂ ਨੂੰ ਵੇਚੇ ਔਰ ਮੁਨਾਫਾ ਕਮਾਏ, ਉਹ ਵੀ ਰਾਬਤਾ ਕਰ ਸਕਦਾ ਇਨਸ਼ਾਅੱਲਾ। ਜਿਹੜੇ ਬੱਚੇ ਤੁਸੀਂ ਸਾਡੇ ਕੋਲ 5, 4, 7, 10 ਜਿੰਨੇ ਬੱਚੇ ਖਰੀਦੋਗੇ, ਜਿੰਨੇ ਦੇ ਖਰੀਦੇ ਹੋਣਗੇ, ਔਰ ਕੁਰਬਾਨੀ ਤੱਕ ਜਿਹੜਾ ਉਹਨਾਂ ਉੱਤੇ ਖਰਚਾ ਹੋਇਆ ਹੋਵੇਗਾ, ਸਾਰਾ ਖਰਚਾ ਅਤੇ ਕੀਮਤ ਕੱਢ ਕੇ ਸਾਡੀ ਕੋਸ਼ਿਸ਼ ਹੋਏਗੀ ਅੱਛਾ ਮੁਨਾਫਾ ਤੁਹਾਨੂੰ ਲੈ ਕੇ ਦਈਏ, ਅੱਛੀ ਕੀਮਤ 'ਤੇ ਸੇਲ ਕਰਕੇ ਦਈਏ। ਅਗਰ ਤੁਸੀਂ ਕਹੋਗੇ ਕਿ ਬੱਚੇ ਅਸੀਂ ਖੁਦ ਸੇਲ ਕਰ ਲਾਂਗੇ, ਤਾਂ ਅਸੀਂ ਕੁਰਬਾਨੀ 'ਤੇ ਤੁਹਾਨੂੰ ਬੱਚੇ ਉਹ ਡਿਲੀਵਰ ਕਰ ਦਿਆਂਗੇ, ਅਤੇ ਅੱਜ ਤਕਰੀਬਨ ਅਸੀਂ ਤੁਹਾਨੂੰ 20 ਬੱਚੇ ਦਿਖਾਵਾਂਗੇ ਜਿਨ੍ਹਾਂ ਦੀ ਰੇਂਜ ਤਕਰੀਬਨ 5 ਲੱਖ ਤੋਂ ਲੈ ਕੇ 6-7 ਲੱਖ ਤੱਕ ਹੈ। ਬੜੇ ਹੀ ਖੂਬਸੂਰਤ ਬੱਚੇ ਨੇ, ਨੁਕਰੇ ਬੱਚੇ ਵੀ ਵਿੱਚ ਦਿਖਾਵਾਂਗੇ, ਚੋਲਸਤਾਨੀ ਬੱਚੇ ਵੀ ਦਿਖਾਵਾਂਗੇ, ਪ੍ਰਿੰਟ ਵਾਲੇ ਬੱਚੇ ਦਿਖਾਵਾਂਗੇ। ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਜਿਹੜੀ ਪਲਾਈ ਇਨਸ਼ਾਅੱਲਾ ਅਸੀਂ ਤੁਹਾਨੂੰ ਕਰਕੇ ਦੇਵਾਂਗੇ, ਸਾਡੀ ਟੀਮ ਜਿਹੜੀ ਪਲਾਈ ਤੁਹਾਨੂੰ ਕਰਕੇ ਦੇਵੇਗੀ ਉਹ ਬੜੀ ਹੀ ਲਾਜਵਾਬ ਹੋਏਗੀ, ਔਰ ਬਹੁਤ ਸਾਰੇ ਦੋਸਤ ਪਲਾਈ ਦਾ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ, ਲੇਕਿਨ ਸਾਡਾ ਇਹ ਦਾਅਵਾ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਕਾਮਯਾਬ ਉਦੋਂ ਹੋਵਾਂਗੇ ਜਦੋਂ ਸਾਡੀ ਪਲਾਈ 'ਚ ਅਤੇ ਦੂਸਰੇ ਦੋਸਤਾਂ ਦੀ ਪਲਾਈ 'ਚ ਜ਼ਮੀਨ ਆਸਮਾਨ ਦਾ ਫਰਕ ਹੋਏਗਾ, ਇਨਸ਼ਾਅੱਲਾ ਪਲਾਈ ਸਾਡੀ ਬੜੀ ਬਿਹਤਰ ਹੋਏਗੀ। ਅਤੇ ਜਿਹੜਾ ਦੋਸਤ ਵੀ ਰਾਬਤਾ ਕਰਨਾ ਚਾਹੇ ਉਹ ਬਾਕੀ ਅੱਗੇ ਡਿਟੇਲ ਦਿੰਦਾ ਜੀ। ਇੱਥੇ ਪੰਜਾਬ ਦੇ ਵਿੱਚ ਪਲਾਈ ਸੈਂਟਰ ਦੇ ਸ਼ਾਇਦ ਇਹਦੇ ਨਾਲ ਦਾ ਮੈਂ ਨਹੀਂ ਦੇਖਿਆ, ਮਾਸ਼ਾਅੱਲਾ ਕਾਫੀ ਵੱਡੇ ਵੱਡੇ ਤੇ ਬੜੇ ਖੂਬਸੂਰਤ ਬੱਚੇ ਨੇ। ਤੁਸੀਂ ਪੰਜਾਬ ਦੇ ਵਿੱਚ ਪਲਾਈ ਸੈਂਟਰ ਬਣਾਉਣ ਦਾ ਕਿਉਂ ਸੋਚਿਆ, ਕਿੱਥੋਂ ਆਈਡੀਆ ਆਇਆ? ਸਰ ਦੇਖੋ,
ਲੋਕ ਕਰਾਚੀ ਜਾਂਦੇ ਨੇ, ਕਹਿੰਦੇ ਨੇ ਉੱਥੇ ਬੜੇ ਵੱਡੇ ਬੱਚੇ ਹੁੰਦੇ ਨੇ, ਬੜੇ ਮਹਿੰਗੇ ਬੱਚੇ ਹੁੰਦੇ ਨੇ, ਬੜੇ ਖੂਬਸੂਰਤ ਬੱਚੇ ਹੁੰਦੇ ਨੇ, ਉਹ ਕਰਾਚੀ ਸਾਰੇ ਪਲਾਈ ਸੈਂਟਰ ਨੇ, ਯਾਨੀ ਕਿ ਕਰਾਚੀ 'ਚ ਪਲਾਈ ਸੈਂਟਰ ਦਾ ਬਹੁਤ ਜ਼ਿਆਦਾ ਕੰਮ ਹੈ, ਪੰਜਾਬ ਵਿੱਚ ਕੰਮ ਬਿਲਕੁਲ ਨਾ ਹੁੰਦੇ ਬਰਾਬਰ। ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਕਰਾਚੀ ਲੈਵਲ ਤੋਂ ਵੀ ਅੱਗੇ ਨਿਕਲੀਏ, ਯਾਨੀ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਦਫ਼ਾ ਲਾਹੌਰ ਇੱਕ ਵੱਡਾ ਫਾਰਮ ਲੈ ਕੇ ਤਕਰੀਬਨ 1000 ਵੱਛਾ ਖੜਾ ਕਰਾਂਗਾ, ਜਿੱਥੇ ਵੱਛੇ ਦੀ ਕੀਮਤ 50 ਲੱਖ ਕਰੋੜ ਰੁਪਇਆ ਵੀ ਹੋਏਗੀ, ਔਰ ਇਨਸ਼ਾਅੱਲਾ ਅਸੀਂ ਕਰਾਚੀ ਦੇ ਲੈਵਲ ਤੋਂ ਅੱਗੇ ਨਿਕਲਾਂਗੇ ਇਨਸ਼ਾਅੱਲਾ। ਹਾਫਿਜ਼ ਸਾਹਿਬ, ਆਪਣੇ ਕੋਲ ਜਿਹੜੇ ਇਸ ਟਾਈਮ ਵੱਛੇ ਖੜੇ ਨੇ, ਇਹਨਾਂ 20 ਵੱਛਿਆਂ ਤੋਂ ਇਲਾਵਾ ਵੱਡੇ ਤੋਂ ਵੱਡਾ ਵੱਛਾ ਕਿੰਨੇ ਪੈਸਿਆਂ ਤੋਂ ਲੈ ਕੇ ਕਿੰਨੇ ਪੈਸਿਆਂ ਤੱਕ ਇਹ ਜਿਹੜੇ ਨੇ ਇਹਨਾਂ ਦੇ ਰੇਟ ਵੀਡੀਓ ਸ਼ੋਅ ਹੋ ਜਾਂਦੇ? ਸਰ, ਸਾਡੇ ਕੋਲ ਤਕਰੀਬਨ ਪਲਾਈ ਸੈਂਟਰ ਨੂੰ ਅਸੀਂ ਸ਼ੁਰੂ ਇਸ ਈਦ ਤੋਂ ਬਾਅਦ ਜਿਹੜੇ ਵੱਛੇ ਹੋ ਗਏ ਸਾਡੇ ਕੋਲ 120 ਵੱਛੇ ਹੋ ਗਏ ਨੇ, ਜਿਹਦੇ ਚੋਂ ਵੱਛੇ ਕਹਿ ਲਓ 2 ਲੱਖ ਤੋਂ ਲੈ ਕੇ ਸਾਡੇ ਕੋਲ 20 ਲੱਖ ਰੁਪਏ ਤੱਕ ਵੀ ਵੱਛਾ ਇਸ ਫਾਰਮ ਤੇ ਖੜਾ ਹੈ। ਸਾਡੇ ਕੋਲ ਬ੍ਰਹਮਣ ਵੱਛਾ ਖੜਾ ਹੈ 20 ਲੱਖ ਰੁਪਏ ਦਾ, ਔਰ ਮਾਸ਼ਾਅੱਲਾ ਉਹਦੀ ਹਾਈਟ ਕੁਹਾਨ ਬਹੁਤ ਜ਼ਬਰਦਸਤ ਹੈ, ਔਰ ਕੁਰਬਾਨੀ ਦੇ ਉਹ ਹੀ ਵੱਛਾ ਇਨਸ਼ਾਅੱਲਾ 70-80 ਲੱਖ ਦੀ ਰੇਂਜ 'ਚ ਜਾਏਗਾ ਮਾਸ਼ਾਅੱਲਾ। ਜੀ ਤੋਂ ਨਾਜ਼ਰੀਨ, ਸਾਥ ਸਾਥ ਆਪਕੋ ਵਿਜ਼ਿਟ ਕਰਵਾਤੇ ਹੈ ਇੱਕ ਇੱਕ ਜਾਨਵਰ ਦਾ ਰੇਟ। ਰਜ਼ਾ ਇਬਰਾਹਿਮ, ਇਹ ਜ਼ਰਾ ਵੱਛਾ ਦਿਖਾਓ ਦੋਸਤਾਂ ਨੂੰ, ਇਹਦੀ ਨਾਫ ਚਲਰ ਦਿਖਾਓ, ਇਹਦਾ ਚਿਹਰਾ ਦਿਖਾਓ, ਬਹੁਤ ਖੂਬਸੂਰਤ ਵੱਛਾ ਹੈ, ਪਿਓਰ ਵਾਈਟ ਬੱਚਾ ਹੈ, ਇਹਦੇ ਜਿਹੜੇ ਬਰਾਊਨ ਕੰਨ ਨੇ ਉਹ ਬਰਾਊਨ ਨੇ, ਬਾਕੀ ਇਹਦੀ ਪਿੰਕ ਨੋਜ਼ ਜਿਹੜੀ ਉਹ ਪਿੰਕ ਹੈ, ਇਹ ਦੇਖ ਸਕਦੇ ਜੇ, ਬਾਕੀ ਇਹਦੀ ਝਾਲਰ ਸ਼ਾਲਰ ਤੁਸੀਂ ਦਿਖਾਓ ਦੋਸਤਾਂ ਨੂੰ, ਬਹੁਤ ਹੀ ਖੂਬਸੂਰਤ ਬੱਚਾ ਹੈ, ਇਹ ਚੋਲਸਤਾਨੀ ਕ੍ਰਾਸ ਵਿੱਚ ਬੱਚਾ ਜੇ, ਕੁਆਲਿਟੀ ਦੀ ਜ਼ਰਾ ਚੈੱਕ ਕਰਵਾਓ ਦੋਸਤਾਂ ਨੂੰ, ਚਾਰਜ ਫਿਰੋ ਅਵੈਸ ਨੂੰ ਘੁਮਾ ਬੱਚੇ ਨੂੰ ਥੋੜ੍ਹਾ ਟੋਰ ਕੇ ਦਿਖਾ, ਮਾਸ਼ਾਅੱਲਾ ਬਹੁਤ ਹੀ ਪਿਆਰਾ ਬੱਚਾ ਹੈ, ਬਹੁਤ ਹੀ ਖੂਬਸੂਰਤ ਬੱਚਾ ਹੈ, ਨਾਲ ਮਾਸ਼ਾਅੱਲਾ ਕਹੋ ਜੀ, ਬਹੁਤ ਪਿਆਰਾ ਬੱਚਾ ਹੈ, ਬੈਕ ਸਾਈਡ ਤੇ ਥੋੜਾ ਜਿਹਾ ਬਰਾਊਨ ਟੱਚ ਹੈ, ਫੇਸ ਤੇ ਥੋੜਾ ਜਿਹਾ ਬਰਾਊਨ ਟੱਚ ਹੈ, ਬਾਕੀ ਸਾਰਾ ਬੱਚਾ ਵਾਈਟ ਹੈ, ਔਰ ਇਹਦੀ ਜਿਹੜੀ ਨੋਜ਼ ਹੈ ਉਹ ਪਿੰਕ ਹੈ, ਔਰ ਬੱਚਾ ਯਾਨੀ ਕਿ ਤੁਸੀਂ ਇਹਦੀ ਚਾਲ ਢਾਲ ਦੇਖੋ, ਇਹਦੇ ਜਿਸਮ ਦੇ ਅੰਦਰ ਲਚਕ ਦੇਖੋ, ਹਰ ਚੀਜ਼ ਦੇਖੋ। ਇਹਦੀ ਪ੍ਰਾਈਸ ਕੀ ਹੈ ਪਿਆਰੇ ਹਫਸ ਸਾਹਿਬ? ਇਹ ਵੀ ਨਾਲ ਦੱਸੋ। ਇਹਦੀ ਪ੍ਰਾਈਸ ਜਿਹੜੀ 6,50,000 ਰੁਪਏ, ਔਰ ਇਹਦੇ ਫੇਸ ਤੇ ਥੋੜਾ ਜਿਹਾ ਜ਼ੂਮ ਕਰਿਆ ਜੀ, ਬਹੁਤ ਪਿਆਰਾ ਫੇਸ ਹੈ, ਇਹਦੀ ਅੱਖਾਂ ਬਹੁਤ ਪਿਆਰੀਆਂ ਨੇ, ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੈ ਬੱਚਾ, ਚੁੰਗੇ ਥੋੜਾ ਜਿਹਾ ਘਬਰਾਇਆ ਖਲਿਆ, ਛੱਡ ਦੇ ਵੈਸ ਢਿੱਲਾ ਛੱਡ ਦੇ, ਮਾਸ਼ਾਅੱਲਾ ਬਹੁਤ ਪਿਆਰਾ ਬੱਚਾ, ਇਹ 6,50,000 ਰੁਪਏ ਦਾ ਬੱਚਾ ਹੈ। ਅਗਰ ਕੋਈ ਦੋਸਤ ਹੈ ਲੈ ਕੇ ਬੱਚਾ ਸਾਡੇ ਕੋਲੋਂ ਸਾਡੇ ਫਾਰਮ ਦੇ ਦੀ ਅਪਲਾਈ ਕਰਵਾਉਣਾ ਚਾਹੇ, ਉਹ ਮੇਰੇ ਨਾਲ ਰਾਬਤਾ ਕਰ ਸਕਦਾ ਹੈ, ਮੇਰਾ ਨੰਬਰ 0301-4038-0025 ਵਟਸਐਪ ਨੰਬਰ ਹੈ। ਇਹ ਬੱਚੇ ਦੀ ਪਲਾਈ 30,000 ਰੁਪਇਆ ਹੋਏਗੀ, ਇਹ ਜਿੰਨੇ ਬੱਚੇ ਤੁਹਾਨੂੰ ਅੱਜ ਦਿਖਾਵਾਂਗੇ ਇਹਨਾਂ ਦੀ ਪਲਾਈ 30,000 ਹੈ। ਵੈਸੇ ਸਾਡੇ ਫਾਰਮ ਦੇ ਪਲਾਈ ਦੀ ਜਿਹੜੀ ਕੈਟਾਗਰੀਆਂ ਨੇ 3-4 ਨੇ, ਲੇਕਿਨ ਅੱਜ ਜਿਹੜੀ ਅਸੀਂ ਤੁਹਾਨੂੰ ਕੈਟਾਗਰੀ ਦਿਖਾ ਰਹੇ, ਇਹ ਸਾਰੇ ਬੱਚਿਆਂ ਦੀ ਪਲਾਈ 30,000 ਹੈ। ਕੋਈ ਦੋਸਤ ਵੀ ਇਹ ਬੱਚਾ ਲੈਣਾ ਚਾਹੇ ਉਹ ਰਾਬਤਾ ਕਰ ਸਕਦਾ। ਅਗਲਾ ਬੱਚਾ ਖੋਲੋ ਵੈਸ ਬਾਈ, ਮਾਸ਼ਾਅੱਲਾ ਜੀ, ਜਾਨਵਰ ਆਪ ਦੇਖ ਸਕਤੇ ਹੈਂ, ਏਕ ਸੇ ਏਕ ਬੜ ਕੇ ਜਾਨਵਰ ਹੈ, ਬਹੁਤ ਹੀ ਖੂਬਸੂਰਤ ਹੈ। ਇਸਕੇ ਬਾਅਦ ਆਪਕੇ ਇੱਕ ਔਰ ਜਾਨਵਰ ਦਿਖਾਤੇ ਹੈ, ਬਲਕਿ ਆਜ ਜਿਤਨੇ ਵੀ ਜਾਨਵਰ ਹੈ ਸਭ ਕਾ ਆਪਕੋ ਰੇਟ ਵੀ ਬਤਾਏਂਗੇ, ਉਸਕੀ ਨਸਲ ਵੀ ਬਤਾਏਂਗੇ, ਇਸਕੀ ਨਸਲ ਕਿਆ ਹੈ ਜੀ। ਲਓ ਜੀ, ਇੱਕ ਔਰ ਬੱਚਾ ਹੈ, ਕਜਲਾ ਬੱਚਾ ਹੈ, ਅੱਖਾਂ ਦੀਆਂ ਕਾਲੀਆਂ ਨੇ ਮਾਸ਼ਾਅੱਲਾ, ਕੰਨ ਦੇ ਜਿਹੜੇ ਬਰਾਊਨ ਨੇ, ਬਾਕੀ ਸਾਰਾ ਵਾਈਟ ਹੈ, ਬੱਚੇ ਦੀ ਖੂਬਸੂਰਤੀ ਤੁਸੀਂ ਚੈੱਕ ਕਰਵਾ ਸਕਦੇ, ਪਿਓਰ ਵਾਈਟ ਬੱਚਾ ਹੈ, ਨੋਜ਼ ਇਹਦੀ ਚੈੱਕ ਕਰਵਾ ਸਕਦੇ ਜੀ, ਪਿੰਕ ਹੈ, ਮਾਸ਼ਾਅੱਲਾ ਬਹੁਤ ਪਿਆਰਾ ਬੱਚਾ ਹੈ, ਬਹੁਤ ਖੂਬਸੂਰਤ ਬੱਚਾ ਹੈ, ਬੱਚੇ ਦੀ ਕੁਆਲਿਟੀ ਹਰ ਚੀਜ਼ ਤੁਹਾਡੇ ਸਾਹਮਣੇ, ਇਹ 5.5 ਲੱਖ ਰੁਪਏ ਦਾ ਬੱਚਾ ਹੈ, ਤੇ ਇਹਦੀ ਜ਼ਰਾ ਘੁਮਾਓ ਯਾਰ ਨੂੰ, ਚਾਰਜ ਫਿਰ ਜ਼ਰਾ ਦਿਖਾਓ, ਮਾਸ਼ਾਅੱਲਾ ਅਸੀਲ ਬੱਚਾ, ਬਹੁਤ ਪਿਆਰਾ ਬੱਚਾ, ਬਹੁਤ ਪਿਆਰਾ ਬੱਚਾ, ਵੈਸੇ ਤਾਂ ਲੈ ਕੇ ਯਾਰ, ਮਾਸ਼ਾਅੱਲਾ ਜੀ, ਇਹਦੀ ਝਾਲਰ ਸ਼ਾਲਰ ਜ਼ਰਾ ਜ਼ੂਮ ਕਰਕੇ ਦੋਸਤਾਂ ਦਿਖਾਓ, ਹਰ ਚੀਜ਼ ਬਹੁਤ ਪਿਆਰੇ ਬੱਚੇ ਨੇ, ਜਿੰਨੇ ਵੀ ਅਸੀਂ ਬੱਚੇ ਲਿਆਂਦੇ ਨੇ ਬੜੇ ਹੀ ਖੂਬਸੂਰਤ ਬੱਚੇ ਲਿਆਂਦੇ ਨੇ, ਮਾਸ਼ਾਅੱਲਾ ਬਹੁਤ ਪਿਆਰਾ ਬੱਚਾ। ਕਿੰਨਾ ਹੋਏਗਾ ਤਕਰੀਬਨ ਇਸ ਟਾਈਮ? ਤਕਰੀਬਨ 5 ਮਨ ਗੋਸ਼ਤ 'ਚ, ਯਾਨੀ ਕਿ 5 ਮਨ ਗੋਸ਼ਤ 'ਚ, ਦੋਸਤ ਕਹਾਂਗੇ ਸ਼ਾਇਦ ਜ਼ਿਆਦਾ ਦੱਸ ਰਹੇ ਹਾਂ, ਬੱਚੇ ਦੀ ਤਿਆਰੀ ਚੈੱਕ ਕਰੋ, ਵੈਸ ਚੈੱਕ ਟੋਰ ਯਾਰ ਨੂੰ, ਬੈਕ ਸਾਈਡ ਦੇਖੋ, ਮਾਸ਼ਾਅੱਲਾ ਬੱਚੇ ਦੀ ਤਿਆਰੀ ਮਾਸ਼ਾਅੱਲਾ ਬਹੁਤ ਜ਼ਿਆਦਾ, ਔਰ 5 ਮਨ ਕਨਫਰਮ ਮੇਡ ਵੇਟ 'ਚ ਹੈਗਾ, ਵੈਸੇ ਨੂੰ ਬੰਨ ਅਗਲਾ ਬੱਚਾ ਲਿਆ। ਉਹ ਜੀ, ਇਹ ਮਾਸ਼ਾਅੱਲਾ ਇੱਕ ਹੋਰ ਬੱਚਾ, ਚੋਲਸਤਾਨੀ ਕ੍ਰਾਸ 'ਚ ਜੀ, ਪ੍ਰਿੰਟ ਇਹਦੇ ਬਲੈਕ, ਥੋੜਾ ਥੋੜਾ ਪ੍ਰਿੰਟ ਹੈ ਮਾਸ਼ਾਅੱਲਾ, ਫੇਸ ਤੇ ਥੋੜਾ ਜਿਹਾ ਜ਼ਿਆਦਾ ਪ੍ਰਿੰਟ, ਔਰ ਇਹਦੀ ਜਿਹੜੀ ਨੋਜ਼ ਹੈ ਉਹ ਬਲੈਕ ਹੈ, ਖੂਬਸੂਰਤੀ ਤੁਹਾਡੇ ਸਾਹਮਣੇ ਆ, ਹਾਈਟ ਕੁਹਾਨ ਜ਼ਰਾ ਚੈੱਕ ਕਰੋ, ਮਾਸ਼ਾਅੱਲਾ ਕੁਹਾਨ ਬਹੁਤ ਜ਼ਬਰਦਸਤ ਹੈ, ਬਹੁਤ ਉੱਚੀ ਕੁਹਾਨ ਹੈ,
ਤੇ ਇਹ ਵੱਛੀ ਦੀ ਕੀਮਤ 5,80,000 ਰੁਪਇਆ ਔਰ ਪਲਾਈ ਜਾਂਦੀ 30,000 ਰੁਪਇਆ। 30,000 ਮਤਲਬ ਕਿ ਅੱਜ ਜਿੰਨੇ ਤੁਸੀਂ ਜਾਨਵਰ ਦਿਖਾ ਰਹੇ ਸਾਰਿਆਂ ਦੀ ਪਲਾਈ 30,000 ਰੁਪਇਆ, ਜਿਹੜੇ ਵੱਡੇ ਜਾਨਵਰ ਉਹਨਾਂ ਦੀ ਪਲਾਈ ਜ਼ਿਆਦਾ ਹੋਏਗੀ, ਉਹਨਾਂ ਦੀ ਜ਼ਿਆਦਾ ਹੋਏਗੀ, ਜਿਹੜੇ ਛੋਟੇ ਜਾਨਵਰ ਹੁੰਦੇ ਉਹਨਾਂ ਦੀ ਪਲਾਈ ਘੱਟ ਹੋਏਗੀ। ਇਹ ਵੱਛੇ ਦੀ ਖੂਬਸੂਰਤੀ ਜ਼ਰਾ ਤੁਸੀਂ ਚੈੱਕ ਕਰੋ, ਜ਼ੁਲਫੀ ਟੋਰ ਇਹਨੂੰ ਥੋੜ੍ਹਾ ਜਿਹਾ, ਚਾਰ ਚਫੇਰੋ ਟੋਰ ਕੇ ਘੁਮਾ ਕੇ ਵਹਾ, ਮਾਸ਼ਾਅੱਲਾ ਬਹੁਤ ਪਿਆਰਾ ਵੱਛਿਆ ਜੀ, ਬਹੁਤ ਖੂਬਸੂਰਤ ਵੱਛਿਆ। ਔਰ ਤੁਹਾਨੂੰ ਕੋਈ ਬੰਦਾ ਵੀ ਕਿਸੇ ਫਾਰਮ ਦੇ ਵੀ ਐਸੇ ਵੱਛੇ ਖੂਬਸੂਰਤ ਨਜ਼ਰ ਨਹੀਂ ਆਉਣਗੇ ਇਨਸ਼ਾਅੱਲਾ। ਹਾਫਿਜ਼ ਸਾਹਿਬ ਨਾਲ ਨਾਲ ਮੇਰੇ ਵੇਖਣ ਵਾਲੇ ਨੇ ਇਹ ਵੀ ਦੱਸੋ ਬਾਈ ਤੁਸੀਂ ਵੱਛਾ ਹੋਰ ਲਿਆ, ਹੋਰ ਲੈਣ ਬੰਨਿਆ, ਅਗਲਾ ਲਿਆਓ ਵੱਛਾ। ਅੱਛਾ ਹਾਫਿਜ਼ ਸਾਹਿਬ ਨਾਲ ਨਾਲ ਮੇਰੇ ਵੇਖਣ ਵਾਲੇ ਨੇ ਇਹ ਵੀ ਦੱਸੋ ਕਿ ਜਿਹੜਾ ਤੁਸੀਂ ਵੱਛਾ ਮੰਡੀ 'ਚੋਂ ਜਿੰਨੇ ਪੈਸਿਆਂ ਦਾ ਖਰੀਦ ਕੇ ਲਿਆਓਗੇ ਉਨੇ ਪੈਸੇ ਲਓਗੇ ਜਾਂ ਉਹਦੇ ਕੋਲ ਐਕਸਟਰਾ ਚਾਰਜ? ਨਹੀਂ, ਜਿੰਨੇ ਦਾ ਅਸੀਂ ਵੱਛਾ ਖਰੀਦਿਆ ਹੋਏਗਾ ਉਹਨੇ ਦਾ ਹੀ ਸੇਲ ਕਰਾਂਗੇ। ਇਹਨਾਂ 'ਚੋਂ ਕੋਈ ਵੱਛਾ ਵੀ ਕੋਈ ਦੋਸਤ ਸਿਲੈਕਟ ਕਰ ਲਵੇਗਾ, ਅਸੀਂ ਉਹਨਾਂ ਨੂੰ ਮੰਡੀ ਤੋਂ ਜਿਸ ਵੇਲੇ ਜਾਨਵਰ ਖਰੀਦੇ ਨੇ ਉਹ ਵੀਡੀਓ ਦੇਵਾਂਗੇ, ਜਿੰਨੇ ਦਾ ਸੌਦਾ ਹੋਇਆ ਲਾਈਵ ਸੌਦਾ ਦਿਖਾਇਆ ਜਾਏਗਾ ਉਹਨੇ ਦਾ ਹੀ ਵੱਛਾ ਦੇਵਾਂਗੇ, ਅਸੀਂ 1 ਰੁਪਿਆ ਵੀ ਇਨਸ਼ਾਅੱਲਾ ਮੁਨਾਫਾ ਨਹੀਂ ਲਵਾਂਗੇ, ਜਿੰਨੇ ਦਾ ਵੱਛਾ ਖਰੀਦਿਆ ਜਾਏਗਾ ਉਹਨੇ ਦਾ ਹੀ ਦੇਵਾਂਗੇ। ਹਾਫਿਜ਼ ਸਾਹਿਬ ਇਹਦੇ ਵਿੱਚ ਤੁਹਾਨੂੰ ਕੀ ਫਾਇਦਾ, ਤੁਸੀਂ ਵੀ ਆਪਣੇ ਦੱਸਣਾ ਕਿ ਹਰ ਬੰਦਾ। ਹਾਂ ਬਹੁਤ ਅੱਛਾ ਸਵਾਲ ਹੈ, ਉਹਦੇ ਸਾਨੂੰ ਇਹ ਫਾਇਦਾ, ਦੇਖੋ ਇਹ ਵੱਛਾ ਅਸੀਂ ਵੀ ਅਗਰ ਅੱਜ ਸੇਲ ਕਰਨਾ ਹੈ ਇਹਨੇ ਤਕਰੀਬਨ 11 ਮਹੀਨੇ ਸਾਡੇ ਫਾਰਮ ਤੇ ਰਹਿਣਾ ਜੀ, ਹਰ ਮਹੀਨੇ ਅਸੀਂ ਇਹਦਾ 30,000 ਲੈਣਾ, ਉਹ 30,000 ਦੇ ਵਿੱਚ ਸਾਡੀ ਵੀ ਮੁਨਾਸਬ ਜੀ ਮਜ਼ਦੂਰੀ ਹੈ। ਇਹ ਵੱਛੇ ਨੇ ਸਾਨੂੰ ਸਾਰਾ ਸਾਲ ਰੋਜ਼ੀ ਦੇਣੀ ਹੈ ਤੇ ਅਸੀਂ ਜਿਸ ਵੇਲੇ ਖਰੀਦਾਂਗੇ ਉਸ ਲੈਂਦੇ 'ਚ ਰੋਜ਼ੀ ਨਹੀਂ ਲਵਾਂਗੇ। ਇਹ ਵੱਛਾ ਦੱਸੋ ਜੀ ਇਹ ਕਿਹੜੀ ਨਸਲ? ਇਹ ਜ਼ਰਾ ਚੈੱਕ ਕਰਾਓ, ਚੋਲਸਤਾਨੀ ਕ੍ਰਾਸ 'ਚ ਸਾਰੇ ਵੱਛੇ ਨੇ ਸਾਡੇ ਕੋਲ, ਚੋਲਸਤਾਨੀ ਕ੍ਰਾਸ, ਇਹਦੀ ਮਾਸ਼ਾਅੱਲਾ ਝਾਲਰ ਚੈੱਕ ਕਰਵਾਓ, ਹਾਈਟ ਚੈੱਕ ਕਰਵਾਓ, ਪ੍ਰਿੰਟ ਚੈੱਕ ਕਰਵਾਓ ਜ਼ਰਾ, ਪ੍ਰਿੰਟ ਕਿੰਨਾ ਖੂਬਸੂਰਤ ਹੈ, ਹਰ ਚੀਜ਼ ਤੁਹਾਡੇ ਸਾਹਮਣੇ, ਮਾਸ਼ਾਅੱਲਾ ਬਹੁਤ ਪਿਆਰਾ ਵੱਛਾ ਹੈ, ਮਾਸ਼ਾਅੱਲਾ ਪ੍ਰਿੰਟ ਬੜਾ ਲਾਜਵਾਬ ਹੈ, ਖੂਬਸੂਰਤ ਵੱਛਾ ਹੈ, ਝਾਲਰ ਸ਼ਾਲਰ ਅੱਛੀ ਹੈ। ਇਹ ਵੱਛਾ 6,00,000 ਰੁਪਏ 'ਚ, ਅਗਰ ਕੋਈ ਦੋਸਤ ਵੀ ਲੈਣਾ ਚਾਹੇ 6,00,000 'ਚ ਲੈ ਸਕਦਾ, ਇਹ ਲੈ ਗਿਆ ਇਹਨੂੰ ਬੰਨੋ, ਅਗਲੇ ਵੱਛੇ ਲੈ ਕੇ ਆਓ, ਆਹ ਦੋਵੇਂ ਬਲੈਕ ਲਿਆ ਜੇ ਜੋੜਾ ਲੈ ਆਓ। ਰਜ਼ਾ ਇਬਰਾਹਿਮ ਭਾਈ ਹੁਣ ਤੁਹਾਨੂੰ ਜੈੱਟ ਬਲੈਕ ਦੋ ਵੱਛੇ ਦਿਖਾਵਾਂਗੇ, ਜੋੜਾ ਦਿਖਾਵਾਂਗੇ ਜੀ, ਪਿਓਰ ਬਲੈਕ, ਕਿਤੋਂ ਵੀ ਵਾਈਟ ਜਾਂ ਨਹੀਂ ਹੋਣਗੇ, ਮਾਸ਼ਾਅੱਲਾ ਫੁੱਲ ਜੈੱਟ ਬਲੈਕ, ਮਾਸ਼ਾਅੱਲਾ ਬਹੁਤ ਪਿਆਰੇ ਵੱਛੇ ਨੇ, ਝਾਲਰ ਸ਼ਾਲਰ ਅੱਛੀ ਹੈ, ਕੁਹਾਨ ਅੱਛੀ ਹੈ। ਇਹ ਮਾਸ਼ਾਅੱਲਾ ਦੇਖੋ ਜ਼ਰਾ ਖੂਬਸੂਰਤ, ਇਹਦੀ ਤਿਆਰੀ ਚੈੱਕ ਕਰਵਾਓ ਬੈਕ ਸਾਈਡ ਤੋਂ, ਸਾਰੇ ਚਾਰ ਮਾਸ਼ਾਅੱਲਾ ਬਹੁਤ ਪਿਆਰਾ ਵੱਛਾ ਹੈ, ਨਸਲ ਨਹੀਂ ਪਤਾ ਹਰ ਬੰਦੇ ਨਾਲ ਨਾਲ ਨਸਲ ਵੀ ਦੱਸੀ ਜਾਇਆ ਕਰੋ। ਇਹ ਚੋਲਸਤਾਨੀ 'ਚ ਨੇ, ਇਹ ਜਿੰਨੇ ਜਾਨਵਰ ਜਿਹੜੇ ਚੋਲਸਤਾਨੀ ਬਰੀਡ ਇਹ ਦਿਨ 'ਚ ਰੱਖੇ ਸਭ ਤੋਂ ਜ਼ਿਆਦਾ ਵਜ਼ਨ ਕਰਦੀ, ਸਭ ਤੋਂ ਜ਼ਿਆਦਾ ਖੂਬਸੂਰਤ ਬਣਦੀ। ਇਹ ਚੋਲਸਤਾਨੀ ਕ੍ਰਾਸ 'ਚ ਵੱਛੇ ਨੇ, ਇਹ ਜੋੜਾ ਅਸੀਂ ਲਿਆ 9,50,000 ਰੁਪਏ ਦਾ, ਜਿਹੜਾ ਦੋਸਤ ਵੀ ਖਰੀਦਣਾ ਚਾਹੇਗਾ ਉਹਨੂੰ 9,50,000 ਦਾ ਮਿਲੇਗਾ, ਔਰ ਮੰਡੀ 'ਚੋਂ ਜਿਸ ਵੇਲੇ ਖਰੀਦਿਆ ਗਿਆ ਲਾਈਵ ਵੀਡੀਓ ਬਣਾਏਗੀ, ਉਹ ਵੀਡੀਓ ਵੀ ਅਸੀਂ ਦੇਵਾਂਗੇ। ਮਤਲਬ ਕਿ ਲਾਈਵ ਵੀਡੀਓ ਵੀ ਦੇਵੋਗੇ ਕਿ ਜਿੰਨੇ ਦਾ ਖਰੀਦਿਆ? ਹਾਂ, ਸਿਰਫ ਆਵਾਜ਼ ਗੱਲਾਂ ਨਹੀਂ ਕਰਨੀਆਂ, ਜਿੰਨੇ ਦੇ ਬੱਚੇ ਖਰੀਦੇ ਨੇ ਅਸੀਂ ਵੀਡੀਓ ਦੇਵਾਂਗੇ ਪ੍ਰੂਫ ਨਾਲ। ਇਹ 9,50,000 ਦਾ ਜੋੜਾ ਲਿਆ, ਚਾਰਜ ਫਿਰ ਚੰਗੀ ਤਰ੍ਹਾਂ ਦਿਖਾ ਦਿਓ, ਅਗਲੇ ਬੱਚੇ ਲਿਆਓ ਯਾਰੋ, ਅਗਲਾ ਬੱਚਾ ਖੋਲੋ। ਹਾਫਿਜ਼ ਸਾਹਿਬ ਕੁਛ ਗੱਲਾਂ ਐ ਨੇ ਜਿਹੜੀਆਂ ਜਾਨਵਰ ਦਿਖਾਉਣ ਦੇ ਨਾਲ ਨਾਲ ਕਰੀ ਜਾਓ ਜੀ, ਕਰੋ ਕਰੋ। ਦੇਖਣ ਵਾਲੇ ਨੂੰ ਇਹ ਦੱਸੋ ਕਿ ਇਹ ਜਿਹੜੇ ਜਾਨਵਰ ਤੁਸੀਂ ਪਾਲਦੇ ਜੇ ਜੀ, ਇਹਨਾਂ ਨੂੰ ਤੁਸੀਂ ਜ਼ਿਆਦਾਤਰ ਫੀਡ ਵਿੱਚ ਕੀ ਦਿੰਦੇ ਜੇ? ਸਰ ਅਸੀਂ ਆਪਣਾ ਮੁੰਡਾ ਤਿਆਰ ਕਰੀਗਾ, ਦੇਸੀ ਮੁੰਡਾ, ਉਸ ਤੋਂ ਇਲਾਵਾ ਸੈਲੇਜ ਤੁਸੀਂ ਦੇਖਿਆ ਬੈਂਕਰ ਤੜਾਂ ਲੱਗੀਆਂ ਨੇ, ਸੈਲੇਜ ਆਪਣਾ ਤਿਆਰ ਕੀਤਾ, ਉਸ ਤੋਂ ਇਲਾਵਾ ਤੂੜੀ, ਔਰ ਚੌਥੇ ਨੰਬਰ ਤੇ ਆਲੂ, ਆਲੂ ਤੋਂ ਬਾਅਦ ਕਿਸੇ ਚੀਜ਼ 'ਚ ਫੈਟਨਿੰਗ ਨਹੀਂ ਹੈਗੀ, ਜਿੰਨਾ ਰਿਜ਼ਲਟ ਆਲੂ ਦਾ ਕਿਸੇ ਚੀਜ਼ ਦਾ ਨਹੀਂ ਗਿਆ, ਮੇਰਾ ਦਾਅਵਾ ਹੈ। ਔਰ ਮੈਂ 8 ਸਾਲ ਤੋਂ ਫਾਰਮਿੰਗ ਕਰ ਰਿਹਾ, ਮਾਰਕੀਟ ਦੇ ਅੰਦਰ ਆਲੂ ਮੁਤਾਰਫ ਹੀ ਮੈਂ ਕਰਵਾਇਆ, ਇਸ ਫਾਰਮ ਤੋਂ ਮੈਂ ਮੁਤਾਰਫ ਕਰਵਾਇਆ, ਉਸ ਤੋਂ ਪਹਿਲੇ ਕੋਈ ਦੋਸਤ ਆਲੂ ਖਿਲਾ ਨਹੀਂ ਰਿਹਾ ਸੀ। ਇਹ ਮਾਸ਼ਾਅੱਲਾ ਜੀ ਬੜਾ ਹੀ ਪਿਆਰਾ, ਬਹੁਤ ਹੀ ਨਾਯਾਬ ਪ੍ਰਿੰਟ ਹੈ, ਬੜਾ ਹੀ ਦਿਲਕਸ਼ ਪ੍ਰਿੰਟ ਹੈ, ਇਹਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਜੀ, ਬੜਾ ਹੀ ਖੂਬਸੂਰਤ ਪ੍ਰਿੰਟ ਹੈ, ਇਹਨੂੰ ਟੋਰ ਯਾਰ ਥੋੜ੍ਹਾ ਜਿਹਾ, ਇਹਦੀ ਝਾਲਰ ਸ਼ਾਲਰ ਚੈੱਕ ਕਰੋ, ਇਹਦਾ ਜਿਹੜਾ ਚਿਹਰਾ ਹੈ ਉਹ ਸ਼ੇਰਾ ਰੰਗ ਹੈ, ਵੈਸੇ ਤਾਂ ਰਾਹ ਯਾਰ, ਇਹਦਾ ਚਿਹਰਾ ਜ਼ਰਾ ਚੈੱਕ ਕਰਵਾਓ। ਇਹ ਸਾਰੇ ਬੱਚੇ ਜਿੰਨੇ ਦਿਖਾ ਰਹੇ ਸਾਰੇ ਕੱਚੇ ਖੀਰੇ ਨੇ, ਕੋਈ ਬੱਚਾ ਦੋਨਾਂ ਨਹੀਂ ਦਿਖਾ ਰਿਹਾ, ਮਾਸ਼ਾਅੱਲਾ ਦੀ ਝਾਲਰ ਜ਼ਰਾ ਚੈੱਕ ਕਰੋ, ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ, ਮਾਸ਼ਾਅੱਲਾ ਬਹੁਤ ਜ਼ਿਆਦਾ ਝਾਲਰ ਹੈ, ਬਹੁਤ ਜ਼ਬਰਦਸਤ। ਜਿਸ ਵੇਲੇ ਇਨਸ਼ਾਅੱਲਾ ਤਿਆਰੀ ਪਕੜੇਗਾ ਨਾ ਜਾਨਵਰ, ਇਨਸ਼ਾਅੱਲਾ ਹਾਈਟ ਇੱਥੇ ਕਰੇਗਾ, ਔਰ ਇਨਸ਼ਾਅੱਲਾ 20,00,000 ਦੇ ਅੰਦਰ ਅੰਦਰ ਜਾਏਗਾ, 15 ਤੋਂ 20,00,000 ਦੇ ਦਰਮਿਆਨ ਜਾਏਗਾ। ਸਾਹਿਬ ਕਿੰਨੇ ਦਾ ਜਾਨਵਰ ਖਰੀਦਿਆ ਜੇ? ਇਹ ਪੂਰੇ 6,00,000 ਦਾ ਖਰੀਦਿਆ, ਔਰ ਇਹਦੀ ਵੀ ਵੀਡੀਓ ਦਿੱਤੀ ਜਾਏਗੀ, ਇਹਨਾਂ ਚਾਰ ਚ ਫਿਰ ਜ਼ਰਾ ਇਹਦਾ ਪ੍ਰਿੰਟ ਦਿਖਾਓ, ਬੜਾ ਹੀ ਪਿਆਰਾ ਪ੍ਰਿੰਟ ਹੈ, ਬਹੁਤ ਖੂਬਸੂਰਤ। ਅਗਲਾ ਬੱਚਾ ਲੈ ਕੇ ਆਓ ਯਾਰ, ਅਗਲੇ ਬੱਚੇ ਦੋਵੇਂ ਖੋਲ ਲਿਓ,
ਮਾਸ਼ਾਅੱਲਾ ਜੀ ਅਸੀਂ 6 ਹੁਮਾਨ ਮੰਡੀ ਤੋਂ ਖਰੀਦਿਆ ਔਰ ਪੂਰੇ 6 ਲੱਖ 'ਚ ਖਰੀਦਿਆ। ਜਿਹੜਾ ਦੋਸਤ ਖਰੀਦੇਗਾ ਉਹਨੂੰ 6 ਲੱਖ 'ਚ ਹੀ ਮਿਲੇਗਾ। ਇਹ ਅੱਗੇ ਬਰਾਊਨ ਜੋੜਾ ਤੁਹਾਨੂੰ ਦਿਖਾ ਰਹੇ ਹਾਂ, 11 ਲੱਖ ਰੁਪਏ 'ਚ ਜੋੜਾ ਔਰ ਪ੍ਰਿੰਟ ਇਹ ਵੀ ਲਾਜਵਾਬ ਹੈ, ਸੇਮ ਤਕਰੀਬਨ ਉਸੇ ਕੈਟਾਗਰੀ ਦੇ ਬੱਚੇ ਨੇ। ਉਹ ਕਿ ਤਿੰਨੇ ਜਾਨਵਰ ਸੇਮ ਕਲਰ ਦੇ ਨੇ। ਹਾਂ, ਸਿਰਫ ਉਹ ਬੱਚਾ ਥੋੜਾ ਜਿਹਾ ਪਾਰਾ ਹੈ। ਇਹਦੀ ਹੁਣ ਜ਼ਰਾ ਤੁਸੀਂ ਕੁਹਾਨ ਚੈੱਕ ਕਰੋ, ਇਧਰ ਚਕਾ ਚੈੱਕ ਕਰਾ ਯਾਰ, ਟੋਰ ਇਹਦੀ ਕੁਹਾਨ ਚੈੱਕ ਕਰੋ। ਮਾਸ਼ਾਅੱਲਾ ਕੁਹਾਨ ਬੜੀ ਜ਼ਬਰਦਸਤ ਹੈ, ਬੜੀ ਹਾਈਟ ਵਿੱਚ ਹੈ ਔਰ ਜਾਨਵਰਾਂ ਦੀ ਤਿਆਰੀ ਪ੍ਰਿੰਟ ਆ ਚੀਜ਼ ਤੁਸੀਂ ਦੇ ਸਕਦੇ ਜੇ। ਇਹ ਜੋੜਾ 11 ਲੱਖ ਰੁਪਏ ਦਾ, ਯਾਨੀ ਕਿ 5.5 ਲੱਖ ਦਾ ਪੁੱਠਾ। ਅਗਰ ਕੋਈ ਇੱਕ ਲੈਣਾ ਚਾਹੇ ਇੱਕ ਲੈ ਸਕਦਾ, ਦੋ ਲੈਣਾ ਚਾਹੇ ਦੋ ਲੈ ਸਕਦਾ। ਆਫ ਸਾਹਿਬ, ਅਗਰ ਇਹ ਇੱਕ ਜਾਨਵਰ ਅਗਰ ਕੋਈ ਬੰਦਾ ਲੈ ਕੇ ਤਿਆਰ ਕਰਦਾ ਤੇ ਇਹ ਤਕਰੀਬਨ 1 ਸਾਲ ਬਾਅਦ ਇਹ ਕਿੰਨੇ ਕੁ ਪੈਸੇ ਵਧਾ ਜਾਂਦੇ ਨੇ? ਸਰ ਦੇਖੋ, ਇਹ ਬੱਚਾ ਕੋਈ ਅਗਰ ਦੋਸਤ ਖਰੀਦੇਗਾ 5.5 ਲੱਖ ਦਾ, ਤਕਰੀਬਨ ਉਹਨਾਂ ਨੂੰ ਪਵੇਗਾ 8 ਲੱਖ ਦਾ ਔਰ ਇਨਸ਼ਾਅੱਲਾ 13-14 ਲੱਖ ਦੀ ਰੇਂਜ 'ਚ ਇਹ ਬੱਚਾ ਵਿਕੇਗਾ। ਮਾਸ਼ਾਅੱਲਾ, ਯਾਨੀ ਕਿ ਅਸੀਂ ਫੀ ਬੱਚਾ ਜਿਹੜਾ ਦੋਸਤ ਵੀ ਖਰੀਦੇਗਾ ਉਹਨੂੰ ਕੁਰਬਾਨੀ ਦੇ 4-5 ਲੱਖ ਰੁਪਇਆ ਮਿਨੀਮਮ ਮੁਨਾਫਾ ਲੈ ਕੇ ਦੇਵਾਂਗੇ। ਇਨਸ਼ਾਅੱਲਾ, ਦੋਸਤ ਕਹਿ ਰਹੇ ਨੇ ਕਿ ਯਾਰ ਇਹ ਬੱਚਾ 15 ਲੱਖ ਦਾ ਜਾਂ 14 ਲੱਖ ਦਾ ਕਿਵੇਂ ਵਿਕੇਗਾ? ਇਹ ਰੇਂਜ 'ਚ ਗੱਲ ਰੱਖਣ ਕਿ ਅਜੇ ਪੂਰੇ 11 ਮਹੀਨੇ ਪਏ ਨੇ, 11 ਮਹੀਨੇ ਬਾਅਦ ਇਹ ਬੱਚੇ ਇੱਥੇ ਆ ਜਾਣਾ, ਇਹ ਬੱਚਾ ਡਬਲ ਹੋ ਜਾਣਾ। ਜਿਸ ਵੇਲੇ ਡਬਲ ਹੋਣਾ ਤੇ ਇਹਨੇ ਆਫਤ ਬਣ ਜਾਣਾ, ਇਹਨੇ ਆਟੋਮੈਟਿਕ 14-15 ਲੱਖ ਦੀ ਰੇਂਜ 'ਚ ਜਾਣਾ। ਅਗਲੇ ਬੱਚੇ ਲੈ ਕੇ ਆਓ ਯਾਰ, ਇਹ ਬੱਚੇ ਜਿੰਨੇ ਦਿਖਾਏ ਜਾ ਰਹੇ ਨੇ ਸਾਰੇ ਕੱਚੇ ਖੀਰੇ ਬੱਚੇ ਨੇ, ਕੁਰਬਾਨੀ ਦੇ 2 ਦੰਦ ਹੋਣਗੇ। ਮਾਸ਼ਾਅੱਲਾ, ਇੱਕ ਹੋਰ ਬੜਾ ਹੀ ਖੂਬਸੂਰਤ ਬੱਚਾ ਤੁਹਾਨੂੰ ਦਿਖਾਉਣ ਲੱਗੇ ਹਾਂ, ਬਹੁਤ ਖੂਬਸੂਰਤ ਹੈ, ਪ੍ਰਿੰਟ ਇਹਦਾ ਬੜਾ ਲਾਜਵਾਬ ਹੈ, ਵਜ਼ਨ ਇਹਦਾ ਤਕਰੀਬਨ 6.5 ਮਨ ਹੈ ਜੀ ਔਰ ਪ੍ਰਿੰਟ ਵੀ ਦੇਖ ਲਓ ਤੇ ਇਹਦੀ ਕੁਹਾਨ ਬੜੀ ਜ਼ਬਰਦਸਤ ਹੈ। ਇਹਦਾ ਲਿਆ ਯਾਰ, ਵੈਸ ਪਕੜ, ਆਹ ਬੱਚਾ ਪਕੜ, ਇਹ ਜ਼ਰਾ ਚੈੱਕ ਕਰੋ। ਮਾਸ਼ਾਅੱਲਾ, ਬੈਕ ਸਾਈਡ ਤੋਂ ਬਰਾਊਨ ਹੈ, ਫਰੰਟ ਤੋਂ ਬਰਾਊਨ ਹੈ, ਦਰਮਿਆਨ 'ਚ ਵਾਈਟ ਹੈ ਔਰ ਇਹਦੀ ਕੁਹਾਨ 'ਤੇ ਜ਼ਰਾ ਫੋਕਸ ਕਰੋ, ਇਹਦੀ ਨਾਫ ਚਾਲਰ 'ਤੇ ਫੋਕਸ ਕਰੋ, ਇਹਦੇ ਚਿਹਰੇ 'ਤੇ ਫੋਕਸ ਕਰੋ। ਬੜਾ ਹੀ ਖੂਬਸੂਰਤ ਬੱਚਾ ਹੈ, ਅੱਲਾ ਦੀ ਮਿਹਰਬਾਨੀ ਨਾਲ ਜਿੰਨੇ ਬੱਚੇ ਦਿਖਾਏ ਜਾ ਰਹੇ ਨੇ ਸਾਰੇ ਹੀ ਲਾਜਵਾਬ ਬੱਚੇ ਨੇ, ਇੱਕ ਤੋਂ ਇੱਕ ਸਾਰੇ ਬੱਚੇ ਵੱਧ ਤੋਂ ਵੱਧ ਨੇ। ਮਾਸ਼ਾਅੱਲਾ, ਖੀਰਾ ਬੱਚਾ ਔਰ ਵਜ਼ਨ ਇਹਦਾ 6.5 ਮਨ ਹੋਏਗਾ ਮੀਟ ਵਿੱਚ। ਤਿਆਰੀ ਨੂੰ ਚੈੱਕ ਕਰ ਲਓ, ਕੁਹਾਨ ਚੈੱਕ ਕਰ ਲਵੋ। ਇਹ ਪੂਰੇ 6 ਲੱਖ 'ਚ ਅਗਰ ਕੋਈ ਦੋਸਤ ਲੈਣਾ ਚਾਹੇ, ਬੜਾ ਹੀ ਮੁਨਾਸਬ ਬੱਚਾ ਹੈ, ਬੜਾ ਹੀ ਮੁਨਾਸਬ ਬੱਚਾ ਹੈ। ਇਹ ਕੋਈ ਦੋਸਤ ਵੀ ਲੈਣਾ ਚਾਹੇ 6 ਲੱਖ 'ਚ ਲੈ ਸਕਦਾ। ਨਾਲ ਨਾਲ ਮੈਂ ਦੇਖਣ ਵਾਲੇ ਨੂੰ ਨੰਬਰ ਵੀ ਦੱਸ ਦਿਓ ਫਿਰ ਇੱਕ ਦਫਾ, 0301-40-38-025। ਮਾਸ਼ਾਅੱਲਾ, ਬੱਚਾ ਤੁਹਾਨੂੰ ਦਿਖਾਇਆ ਜਾ ਰਿਹਾ, ਮੈਂ ਵਟਸਐਪ ਨੰਬਰ ਤੁਹਾਨੂੰ ਦਿੱਤਾ ਦੋਸਤਾਂ ਨੂੰ, ਜਿਹੜਾ ਦੋਸਤ ਵੀ ਬੱਚੇ ਖਰੀਦਣਾ ਚਾਹੇ ਖਰੀਦ ਸਕਦਾ ਔਰ ਇਨਸ਼ਾਅੱਲਾ ਜਿਹੜਾ ਦੋਸਤ ਬਿਜ਼ਨਸ ਮਕਸਦ ਵਾਸਤੇ ਖਰੀਦੇਗਾ, ਕੁਰਬਾਨੀ ਦੇ ਆਫਿਸ ਕੈਟਲ ਫਾਰਮ ਦੀ ਟੀਮ ਦੀ ਜ਼ਿੰਮੇਵਾਰੀ ਹੋਏਗੀ ਕਿ ਉਹਨਾਂ ਨੂੰ ਬਿਜ਼ਨਸ ਕਰਵਾਇਆ ਜਾਵੇ ਔਰ ਮੁਨਾਫਾ ਲੈ ਕੇ ਦਿੱਤਾ ਜਾਵੇ। ਇਹ ਨਹੀਂਗਾ ਹਾਫਿਜ਼ ਸਾਹਿਬ, ਤੁਹਾਡਾ ਇਹ ਕਹਿਣਾ ਹੈ ਕਿ ਜਾਨਵਰ ਜਿਹੜਾ ਬੰਦਾ ਬਿਜ਼ਨਸ ਕਰਨਾ ਚਾਹੇ ਉਹ ਜਾਨਵਰ ਆਪਣੇ ਘਰ ਬੈਠਿਆਂ ਪਸੰਦ ਕਰਕੇ ਪੈਸੇ ਭੇਜ ਕੇ ਤੇ ਆਪਣੇ ਘਰ ਹੀ ਪੈਸੇ ਵਾਪਸ ਮੰਗਵਾ ਸਕਦਾ? ਹਾਂ, ਮੁਨਾਫੇ ਦੇ ਨਾਲ। ਮਤਲਬ ਕਿ ਇਹ ਨਹੀਂ ਕਿ ਤੁਸੀਂ ਆਓ ਆ ਕੇ ਨਾਲ ਕੰਮ ਕਰੋ, ਕੁਛ ਵੀ ਨਹੀਂ ਕਰਨਾ, ਆਪਣੇ ਘਰ ਬੈਠਿਆਂ ਬਿਜ਼ਨਸ ਕਰ। ਹਾਂ, ਮਾਸ਼ਾਅੱਲਾ। ਲਓ ਜੀ, ਇੱਕ ਬੱਚਾ ਅੱਗੇ ਆ ਗਿਆ ਜੀ, ਨੁਕਰਾ, ਪਿੰਕ ਨੋਜ਼। ਮਾਸ਼ਾਅੱਲਾ, ਚੈੱਕ ਕਰੋ ਜ਼ਰਾ, ਜਿਹੜੇ ਇਹਦੇ ਕੰਨ ਨੇ ਉਹ ਬਰਾਊਨ ਨੇ, ਬਹੁਤ ਪਿਆਰਾ ਬੱਚਾ ਹੈ, ਬਹੁਤ ਹੀ ਖੂਬਸੂਰਤ, ਤਿਆਰੀ ਜ਼ਬਰਦਸਤ ਹੈ, ਸ਼ਾਈਨਿੰਗ ਜ਼ਰਾ ਚੈੱਕ ਕਰੋ ਬੱਚੇ ਦੀ, ਸ਼ਾਈਨਿੰਗ। ਮਾਸ਼ਾਅੱਲਾ, ਤੋਰ ਯਾਰ ਇਹਨੂੰ ਥੋੜਾ ਜਿਹਾ ਦੇਖਣ ਵਾਲੇ ਭਾਈ, ਤਿਆਰੀ ਚੈੱਕ ਕਰੋ, ਸ਼ਾਈਨਿੰਗ ਦੇਖੋ, ਬੜਾ ਹੀ ਖੂਬਸੂਰਤ ਬੱਚਾ ਹੈ, ਮੋੜ ਕੇ ਲਿਆ ਯਾਰ। ਮਾਸ਼ਾਅੱਲਾ ਜੀ, ਵਜ਼ਨ ਇਹਦਾ 6.5 ਮਨ ਹੈ, ਭਾਰਾ ਬੱਚਾ ਹੈ, ਸੋਹਣਾ ਬੱਚਾ ਹੈ, ਅੱਖਾਂ ਤੋਂ ਕਜਲਾ ਹੈ, ਕੰਨ ਦੇ ਬਰਾਊਨ ਨੇ, ਬਾਕੀ ਸਾਰਾ ਵਾਈਟ ਹੈ। 6 ਲੱਖ ਰੁਪਏ ਦਾ ਅਗਰ ਕੋਈ ਦੋਸਤ ਲੈਣਾ ਚਾਹੇ ਇਹ ਲੈ ਸਕਦਾ, ਪੂਰੇ 6 ਲੱਖ ਰੁਪਏ 'ਚ ਔਰ ਇਨਸ਼ਾਅੱਲਾ ਇਹਦੀ ਪਲਾਈ ਵੀ 30,000 ਇਹ ਸਾਰੀ ਰੇਂਜ ਜਿਹੜੀ 30,000 ਪਲਾਈ ਵਾਲੀ ਔਰ ਇਨਸ਼ਾਅੱਲਾ ਇਹ ਜਿਹੜਾ ਬੱਚਾ ਕੁਰਬਾਨੀ ਦੇ 17-18 ਲੱਖ ਦੀ ਰੇਂਜ 'ਚ ਜਾਵੇਗਾ ਇਨਸ਼ਾਅੱਲਾ, ਕਿਉਂਕਿ ਜਿਸ ਵੇਲੇ ਇਹਨੇ ਕੁਰਬਾਨੀ 10 ਮਹੀਨੇ 11 ਮਹੀਨੇ ਖੁਰਾਕ ਖਾਣੀ ਇਹਨੇ ਇੱਥੇ ਆ ਜਾਣਾ ਔਰ ਇਹਦਾ ਜਿਹੜਾ ਵਜ਼ਨ ਗੋਸ਼ ਦਾ 15 ਮਨ ਹੋ ਜਾਣਾ, ਜਿਸ ਵੇਲੇ ਜਿੰਨੇ ਮਨ ਹੋਏਗਾ ਉਹਨੇ ਲੱਖ ਹੋਣਗੇ, ਲੱਖ ਤੋਂ ਉੱਪਰ ਗੱਲ ਜਾਏਗੀ। ਖੂਬਸੂਰਤ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਰੇਟ ਲੱਖ ਤੋਂ ਉੱਪਰ ਜਾਂਦਾ ਮੰਦ। ਅਗਲਾ ਬੱਚਾ ਲਿਆਓ ਯਾਰ, ਹਾਫਿਜ਼ ਸਾਹਿਬ ਰਾਏ। ਮਾਸ਼ਾਅੱਲਾ, ਬਹੁਤ ਹੀ ਪਿਆਰੇ ਪਿਆਰੇ ਖੂਬਸੂਰਤ ਜਾਨਵਰ, ਖਾਸ ਕਰ ਪੰਜਾਬ ਵਾਲੇ ਜਿਹੜੇ ਭਾਈ ਕਰਾਚੀ ਜਾਨਵਰ ਲੈਣ ਜਾਂਦੇ ਸੀ ਇਹ ਉਹਨਾਂ ਵਾਸਤੇ ਪਲਾਈ। ਮਾਸ਼ਾਅੱਲਾ ਜੀ, ਪਿਓਰ ਨੁਕਰਾ, ਮਾਸ਼ਾਅੱਲਾ, ਸੁਭਾਨ। ਜ਼ਰਾ ਚਾਰਜ ਫਿਰੋ ਚੈੱਕ ਕਰਵਾਓ, ਮਾਸ਼ਾਅੱਲਾ, ਪਿੰਕ ਨੋਜ਼, ਅੱਖ ਜ਼ਰਾ ਚੈੱਕ ਕਰਵਾਓ, ਚਿਹਰਾ ਚੈੱਕ ਕਰਵਾਓ,
ਬੜਾ ਹੀ ਲਾਜਵਾਬ, ਬੜਾ ਹੀ ਖੂਬਸੂਰਤ ਵੱਛਾ, ਪਿਓਰ ਨੁਕਰਾ ਵੱਛਾ, ਚੋਲਸਤਾਨੀ ਦੇ ਵਿੱਚ ਪਿਓਰ ਨੁਕਰਾ। ਔਰ ਇਹ ਵੱਛਾ ਜ਼ਰਾ ਟੋਰ ਕੇ ਦਿਖਾਓ ਯਾਰ ਬਾਈ, ਵੱਛੇ ਦੀ ਟੋਰ ਚੈੱਕ ਕਰੋ, ਚਾਲ ਢਾਲ ਚੈੱਕ ਕਰੋ, ਵੱਛੇ ਦਾ ਜਿਸਮ ਝਾਲਰ ਸ਼ਾਲਰ ਚੈੱਕ ਕਰੋ, ਐਂ ਮੋੜ ਯਾਰ ਜ਼ੁਲਫੀ, ਝਾਲਰ ਜ਼ਰਾ ਚੈੱਕ ਕਰੋ, ਬੜੀ ਲੰਬੀ ਝਾਲਰ ਹੈ ਮਾਸ਼ਾਅੱਲਾ। ਇਹ ਵੱਟ ਜਿਹੜੇ ਦੇਖ ਰਹੇ ਨਾ, ਹਾਂਜੀ, ਇਹ ਝਾਲਰ ਦੀ ਬਾਈ, ਯਾਨੀ ਕਿ ਝਾਲਰ ਦੀ ਬਹੁਤ ਜ਼ਿਆਦਾ ਹੈ। ਇਹ 6.5 ਲੱਖ ਰੁਪਏ 'ਚ ਦੋਸਤਾਂ ਨੂੰ ਸ਼ਾਇਦ ਮਹਿੰਗਾ ਲੱਗੇ, ਲੇਕਿਨ ਇਹ ਪਿਓਰ ਨੁਕਰਾ ਹੈ, ਪਿਓਰ ਨੁਕਰੇ ਵਿੱਚ ਇਹ ਵੱਛਾ ਮਿਲਿਆ ਸਾਨੂੰ 6.5 ਲੱਖ ਰੁਪਏ ਦਾ, ਔਰ ਇਨਸ਼ਾਅੱਲਾ ਕੁਰਬਾਨੀ ਤੇ 20 ਲੱਖ ਦੀ ਰੇਂਜ 'ਚ ਜਾਏਗਾ। ਅਗਲਾ ਅਲੱਗ ਵੱਛਾ ਲਿਆਓ ਯਾਰ। ਹਾਫਾ ਸਾਹਿਬ, ਇਹ ਆਪਣੇ ਕੋਲ ਮਾਸ਼ਾਅੱਲਾ ਜਿੰਨੇ ਵੀ ਜਾਨਵਰ ਨੇ ਜੀ ਜੀ, ਇਹਨਾਂ ਵਿੱਚ ਕੋਈ ਨੁਕਸ ਐਬ ਵਾਲਾ ਜਾਨਵਰ 'ਚ ਨਹੀਂ ਹੋਏਗਾ ਸਰ? ਅਸੀਂ ਜਿਸ ਵੇਲੇ ਮੰਡੀ ਦੀ 5 ਲੱਖ 6 ਲੱਖ 7 ਲੱਖ ਭਰੀਗਾ ਨਾ, ਅਸੀਂ ਵੱਛੇ ਨੂੰ ਅੱਧਾ ਘੰਟਾ ਲਾ ਕੇ ਚੈੱਕ ਕਰੀਗਾ। ਇਹ ਨਹੀਂ ਹੈਗਾ 5 ਲੱਖ 6 ਲੱਖ ਜੇਬ 'ਚ ਕੱਢਿਆ ਕੇ ਦਿਆ ਹੈ, ਅਸੀਂ ਹਰ ਤਰ੍ਹਾਂ ਦੀ ਤਸੱਲੀ ਕਰੀਗੀ। ਲਓ ਜੀ, ਇੱਕ ਪ੍ਰਿੰਟ ਵਾਲਾ ਵੱਛਾ, ਚਿਹਰੇ 'ਤੇ ਬਲੈਕ ਔਰ ਵਾਈਟ, ਚਿਹਰਾ ਬਲੈਕ ਔਰ ਵਾਈਟ, ਬਾਕੀ ਸਾਰਾ ਵਾਈਟ, ਬੈਕ ਸਾਈਡ ਤੋਂ ਜਿਹੜੀ ਥੋੜ੍ਹੀ ਜਿਹੀ ਬਲੈਕ ਹੈ ਵੱਛਾ। ਮਾਸ਼ਾਅੱਲਾ ਦੀ ਹਾਈਟ ਸ਼ੇਡ ਚੈੱਕ ਕਰੋ, ਖੂਬਸੂਰਤੀ ਚੈੱਕ ਕਰੋ, ਬੜਾ ਹੀ ਲਾਜਵਾਬ ਬੱਚਾ। ਇਹਦੀ ਕੀ ਪ੍ਰਾਈਸ ਆ ਫਸਾ? ਇਧਰ ਲੈ ਕੇ ਆਓ, 5,80,000 ਰੁਪਇਆ। 5,80,000? ਹਾਂ, ਟੋਰ ਕੇ ਲਿਆ ਬਸ। ਇਹ ਤਕਰੀਬਨ ਇਹਦਾ ਵਜ਼ਨ ਕਿੰਨਾ ਹੋਏਗਾ? ਇਹਦਾ ਵਜ਼ਨ ਵੀ ਤਕਰੀਬਨ 6.5 ਮਨ ਵੇਟ ਹੈ, ਔਰ ਇਹਦੀ ਕੁਹਾਨ ਚੈੱਕ ਕਰੋ, ਹਾਈਟ ਇਹਦੀ ਅਜੇ ਹੀ ਬੜੀ ਹੈ, ਔਰ ਇਹ ਹਾਈਟ ਹੋਰ ਮਜ਼ੀਦ ਇੱਥੇ ਕਰੇਗਾ। ਇਹ ਜਿੰਨੇ ਬੱਚੇ ਨੇ ਸਾਰੇ ਕੱਚੇ ਖੀਰੇ ਨੇ, ਇਹਦਾ ਮਤਲਬ ਹੈ ਕਿ ਬੱਚੇ ਨੇ ਜੇ, ਔਰ ਇਹ ਹਾਈਟ ਕਰਨਗੇ। ਅਗਲਾ ਬੱਚਾ ਲਿਆਓ ਯਾਰ, ਮਾਸ਼ਾਅੱਲਾ ਜੀ, ਇਹ ਬਲੈਕ ਚੋਲਸਤਾਨੀ ਜੀ ਵੱਛਾ ਤੁਹਾਨੂੰ ਦਿਖਾ ਰਹੇ ਹਾਂ, ਬਲੈਕ ਚੋਲਸਤਾਨੀ ਝੋਲਾ ਵੱਛਾ ਹੈ, ਝੋਲੇ ਤੋਂ ਮਰਾਦ ਜਿਸਮ ਸ਼ਿਸਮ ਖੁੱਲਾ ਡੁੱਲਾ ਹੈ, ਤੇ ਝਾਲਰ ਹੈ ਜ਼ਰਾ ਚੈੱਕ ਕਰਿਆ ਜੇ, ਮਾਸ਼ਾਅੱਲਾ ਮਾਸ਼ਾਅੱਲਾ ਜੀ, ਬਿਲਕੁਲ ਅਸੀਲ ਬੱਚੇ ਵੀ ਅਸੀਲ, ਮਾਸ਼ਾਅੱਲਾ। ਜ਼ਰਾ ਇਹਦੀ ਖੂਬਸੂਰਤੀ ਚੈੱਕ ਕਰਾਓ, ਝਾਲਰ ਸ਼ਾਲਰ, ਲਚਕ ਜਿਸਮ 'ਚ ਬਹੁਤ ਜ਼ਿਆਦਾ ਹੈ। ਇਹ ਵੱਛਾ ਇਨਸ਼ਾਅੱਲਾ 17-18 ਮਨ ਮੀਟ ਵਿੱਚ ਜਾਏਗਾ, 5,80,000 ਰੁਪਏ 'ਚ ਵੱਛਾ ਖਰੀਦਿਆ। ਜਿਹੜਾ ਦੋਸਤ ਵੀ ਖਰੀਦਣਾ ਚਾਹੇ 5,80,000 'ਚ ਮਿਲੇਗਾ। ਇਹਦਾ ਇਹਦੀ ਖੂਬਸੂਰਤੀ ਦੇਖੋ, ਇਹਦੀ ਝਾਲਰ ਦੇਖੋ, ਨਾਪ ਦੇਖੋ, ਟੋਰ ਯਾਰ ਜ਼ੁਲਫੀ। ਹਾਫਾ ਸਾਹਿਬ, ਅਗਰ ਕੋਈ ਦੇਖਣ ਦਾ ਭਾਈ ਤੁਹਾਡੇ ਕੋਲ ਵੱਛਾ ਖਰੀਦਦਾ ਹੈ, ਉਹ ਕਵੇ ਕਿ ਮੈਨੂੰ ਸੋਹਣਾ ਲੱਗਿਆ, ਮੈਂ ਆਪ ਹੀ ਜਾ ਕੇ ਪਾਣ ਲਾ, ਉਹਨਾਂ ਵਾਸਤੇ ਕੋਈ ਆਫਰ ਹੈ ਜਾਂ ਨਹੀਂ? ਉਹਨਾਂ ਵਾਸਤੇ ਆਫਰ ਇਹ ਆ ਕਿ ਅਸੀਂ ਤਕਰੀਬਨ 30,000 ਰੁਪਇਆ ਮੁਨਾਫਾ ਲਵਾਂਗੇ, ਵੱਛਾ ਦੇ ਦਿਆਂਗੇ। ਮਤਲਬ ਕਿ ਅਗਰ ਕੋਈ ਲੈ ਕੇ ਵੀ ਜਾਣਾ ਚਾਹੇ ਮੰਡੀ ਦੇ, ਜਿਹੜੀ ਵੀਡੀਓ ਬਣੀ ਉਹ ਦਿਖਾ ਕੇ, ਅਸੀਂ ਆਫਰ ਰੱਖੀ ਨਹੀਂ ਸੀ, ਤੁਸੀਂ ਸਵਾਲ ਕੀਤਾ ਹੈ, ਤੁਹਾਡੀ ਵਜ੍ਹਾ ਅਸੀਂ ਆਫਰ ਤੁਹਾਡੇ ਵਿਊਅਰਸ ਨੂੰ ਦੇਤੀ, 30,000 ਰੁਪਇਆ ਮੁਨਾਫਾ ਦੇਵੇ, ਕਿਉਂਕਿ ਸਾਡੀ ਐਫਰਟ ਨੇ ਮੰਡੀ ਦੀ ਬਹੁਤ ਜ਼ਿਆਦਾ ਹੁੰਦੀ ਅਤੇ ਵੱਛਾ ਲੈ ਕੇ ਜਾ ਸਕਦੇ। ਇਹ ਵੱਛਾ ਜੀ, ਇੱਕ ਹੋਰ ਪ੍ਰਿੰਟ ਹੈ, ਮਾਸ਼ਾਅੱਲਾ ਪ੍ਰਿੰਟ ਜ਼ਰਾ ਚੈੱਕ ਕਰੋ ਦੋਸਤਾਂ ਨੂੰ, ਬਹੁਤ ਹੀ ਖੂਬਸੂਰਤ ਪ੍ਰਿੰਟ ਹੈ, ਬੜਾ ਹੀ ਲਾਜਵਾਬ ਬੱਚਾ, ਮਾਸ਼ਾਅੱਲਾ। ਇਹ ਬੱਚਾ ਥੋੜ੍ਹਾ ਜਿਹਾ ਛੋਟਾ ਹੈ, ਇਹ 5 ਲੱਖ ਦੀ ਰੇਂਜ 'ਚ, ਯਾਨੀ ਕਿ ਇਹਦਾ ਮੀਟ ਵੇਟ ਹੋਏਗਾ 5.5 ਮਨ। ਖੀਰਾ ਬੱਚਾ, ਇਹਦੀ ਚਾਰਜ ਫਿਰੋ ਯਾਰ, ਘੁਮਾ ਕੇ ਦਿਖਾ ਜ਼ਰਾ। ਜਿਹੜਾ ਬੱਚਾ ਵੀ ਦੋਸਤ ਪਸੰਦ ਕਰਨਗੇ, ਇਨਸ਼ਾਅੱਲਾ ਉਹਦੀ ਮੰਡੀ ਦੇ ਲਾਈਵ ਸੌਦੇ ਦੀ ਵੀਡੀਓ ਅਸੀਂ ਦਿਆਂਗੇ ਇਨਸ਼ਾਅੱਲਾ। ਇਹ ਪੂਰੇ 5 ਲੱਖ 'ਚ ਅਸੀਂ ਦਿਆਂਗੇ, ਕੋਈ ਦੋਸਤ ਵੀ ਲੈਣਾ ਚਾਹੇ ਉਹ ਸਾਡੇ ਕੋਲ ਲੈ ਸਕਦਾ। ਅਗਲਾ ਬੱਚਾ ਲਿਆਓ ਯਾਰ। ਮਤਲਬ ਕਿ ਤੁਸੀਂ ਸਿਰਫ ਆਪਣੀ ਪਲਾਈ ਦੇ ਵਿੱਚੋਂ ਜਿਹੜੀ ਇਹ ਮਕੂਲ ਰੋਜ਼ੀ ਰੱਖਣੀ ਹੈ? ਹਾਂ, ਸਹੀ ਹੋ ਗਿਆ। ਸਾਡੀ ਕੋਸ਼ਿਸ਼ ਹੈ ਰਜ਼ਾ ਇਬਰਾਹਿਮ ਬਾਈ, ਅਸੀਂ ਹਾਫਿਜ਼ ਕੈਟਲ ਫਾਰਮ ਨੂੰ ਇੱਕ ਬ੍ਰਾਂਡ ਐਸਾ ਬਣਾ ਦਈਏ ਕਿ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਨਾਂ ਹਾਫਿਜ਼ ਕੈਟਲ ਫਾਰਮ ਦਾ ਹੋਵੇ ਉਹ ਕਿਸੇ ਫਾਰਮਰ ਦਾ ਨਾ ਹੋਵੇ। ਬੜੇ ਦੋਸਤ ਮਿਹਨਤ ਕਰ ਰਹੇ ਨੇ, ਅੱਲਾ ਹਰ ਬੰਦੇ ਨੂੰ ਉਹਦਾ ਇੱਜ਼ਤ ਦੇਵੇ, ਉਹਦਾ ਸਿਲਾ ਦੇਵੇ, ਲੇਕਿਨ ਅਸੀਂ ਚਾਹ ਰਹੇ ਕਿ ਅਸੀਂ ਸਾਰਿਆਂ ਨੂੰ ਟੌਪ ਕਰੀਏ। ਪਿੰਕ ਨੋਜ਼ ਚੈੱਕ ਕਰੋ ਜ਼ਰਾ, ਇਹਦਾ ਪ੍ਰਿੰਟ ਚੈੱਕ ਕਰੋ, ਫਰੰਟ 'ਤੇ ਥੋੜ੍ਹਾ ਥੋੜ੍ਹਾ ਪ੍ਰਿੰਟ, ਬੜਾ ਹੀ ਲਾਜਵਾਬ ਪ੍ਰਿੰਟ ਹੈ। ਇਹ ਬੱਚਾ ਸ਼ੇਖਵਾਨ ਮੰਡੀ ਤੋਂ 6 ਲੱਖ ਰੁਪਏ ਦਾ ਖਰੀਦਿਆ ਗਿਆ, ਸੌਦੇ ਦੀ ਤੁਹਾਨੂੰ ਵੀਡੀਓ ਦਿਖਾਈ ਜਾਏਗੀ। ਇਹਨੂੰ ਟੋਰ ਯਾਰ, ਬੜਾ ਹੀ ਪਿਆਰਾ ਬੱਚਾ ਹੈ, 3-4 ਬੱਚੇ ਜਿਹੜੇ ਖੂਬ ਜ਼ਿਆਦਾ ਖੂਬਸੂਰਤ ਨੇ ਉਹਨਾਂ ਵਿੱਚੋਂ ਇਹ ਬੱਚਾ ਆਉਂਦਾ, ਮਾਸ਼ਾਅੱਲਾ। ਇਹ ਬੱਚਾ ਕ੍ਰਾਸ ਵਿੱਚ ਹੈਗਾ, ਇਹਦਾ ਮਤਲਬ ਹੈ ਕਿ ਹਾਈਟ ਇਹ ਬੜੀ ਜ਼ਿਆਦਾ ਕਰੇਗਾ। ਇਹ ਜ਼ਰਾ ਚਾਰਜ ਫਿਰ ਘੁਮਾ ਕੇ ਦਿਖਾ ਯਾਰ, ਮਾਸ਼ਾਅੱਲਾ ਬਹੁਤ ਪਿਆਰਾ ਪ੍ਰਿੰਟ ਹੈ। ਅੱਗੇ ਥੋੜ੍ਹੀ ਜਿਹੀ ਕਹਿ ਲਵੋ ਕਿ ਫਨਕਾਰ ਪਈ ਹੈ ਪ੍ਰਿੰਟ ਦੀ, ਯਾਨੀ ਕਿ ਫੁਹਾਰਾ ਵਜਿਆ, ਪਿੱਛੋਂ ਸਾਫ਼ ਹੈ, ਚਿਹਰਾ ਵੀ ਫੁਹਾਰੇ ਨਾਲ ਯਾਨੀ ਕਲਰ ਨਾਲ ਹੈ, ਅਤੇ ਪਿੰਕ ਜਿਹੜੀ ਨੋਜ਼ ਜਿਹੜੀ ਉਹ ਪਿੰਕ ਹੈ, ਮਾਸ਼ਾਅੱਲਾ। ਇਹ ਪੂਰੇ 6 ਲੱਖ 'ਚ ਲਿਆ। ਅਗਲਾ ਬੱਚਾ ਲਿਆਓ ਯਾਰ। ਲਓ ਜੀ, ਇਹ ਕੋਰ ਕ੍ਰਾਸ ਵਿੱਚ ਬਲੈਕ ਔਰ ਵਾਈਟ ਕੰਟਰਾਸ ਹੈ, ਦੇਸੀ ਕ੍ਰਾਸ ਵਿੱਚ
ਤੇ ਇਹ ਜਿਹੜਾ ਬੱਚਾ 5.25 ਲੱਖ 'ਚ ਸ਼ੇਖ ਮਾਨ ਮੰਡੀ ਤੋਂ ਲਿਆ ਗਿਆ, ਕੱਚਾ ਖੀਰਾ ਬੱਚਾ, ਚਿਹਰੇ ਤੇ ਵਾਈਟ ਵਿੱਚ ਡੋਟ ਨੇ ਬਲੈਕ, ਖੂਬਸੂਰਤੀ ਤੁਹਾਡੇ ਸਾਹਮਣੇ, ਹਾਈਟ ਬੱਚੇ ਦੀ ਚੈੱਕ ਕਰ ਸਕਦੇ ਜੀ ਸਾਹਿਬ। ਇਸ ਤਰ੍ਹਾਂ ਸਿੱਧੀਆਂ ਗੱਲਾਂ ਕੋਈ ਨਹੀਂ ਦੱਸਦਾ, ਦੱਸਣ ਦੀ ਕੋਈ ਵਜ੍ਹਾ ਵੀ ਹੋਏਗੀ ਕਿ ਫਲਾਂ ਮੰਡੀ 'ਚੋਂ ਲਿਆ ਇੰਨੇ ਪੈਸੇ। ਸਰ ਸਿੰਪਲ ਗੱਲ ਹੈ ਨਾ, ਦੇਖੋ ਇੱਕ ਦੋਸਤ ਸਾਡੇ ਕੋਲ ਕਰਾਚੀ ਬੈਠ ਕੇ ਬਾਹਰ ਬੈਠ ਕੇ ਸਾਡੇ 'ਤੇ ਇਤਮਾਦ ਕਰ ਰਹੇ, ਅਸੀਂ ਉਹਨੂੰ ਜਿੰਨੇ ਦਾ ਲਿਆ ਉਹਨੇ ਦਾ ਦੇਵਾਂਗੇ ਅਤੇ ਸਾਨੂੰ ਪੂਰਾ ਸਾਲ ਹੈ ਬੱਚੇ ਮੁਨਾਫਾ ਦੇਣਾ। ਅਗਰ ਅਸੀਂ ਪੂਰੇ ਸਾਲ ਨਾਲ ਮੁਨਾਫਾ ਨਹੀਂ, ਮੁਨਾਫੇ ਨਾਲ ਨਹੀਂ ਰਜਣਾ, ਤਾਂ ਅਸੀਂ 10-20 ਹਜ਼ਾਰ ਇਹਨੇ ਵੱਧ ਲੈ ਕੇ ਆਉਣ, ਅਸੀਂ ਫਿਰ ਵੀ ਨਹੀਂ ਰਜਣਾ। ਕਿਆ ਬਾਤ, ਅਸੀਂ ਆਪਦੇ ਫਾਰਮ ਨੂੰ ਬ੍ਰਾਂਡ ਬਣਾਉਣ ਜਾ ਰਹੇ ਹਾਂ ਇਨਸ਼ਾਅੱਲਾ। ਅਸੀਂ ਜਿੰਨੇ ਦਾ ਲਵਾਂਗੇ ਉਹਨਾਂ ਦਾ ਦੇਵਾਂਗੇ, 5.25 ਲੱਖ ਦਾ ਲਿਆ, ਔਰ ਮੰਡੀ ਦੀ ਵੀਡੀਓ ਦਿਖਾਈ ਜਾਏਗੀ ਪ੍ਰੋਪਰ। ਜਿਹੜਾ ਦੋਸਤ ਵੀ ਆ ਬੱਚਾ ਖਰੀਦਣਾ ਚਾਹੇ 5.25 ਲੱਖ 'ਚ ਖਰੀਦ ਸਕਦਾ, ਔਰ ਇਹਦੀ ਹਾਈਟ ਇਹ ਕ੍ਰਾਸ ਬਰੀਡ ਵਿੱਚ ਹਾਈਟ ਬਹੁਤ ਜ਼ਿਆਦਾ ਕਰੇਗਾ ਇਨਸ਼ਾਅੱਲਾ। ਅਗਲਾ ਬੱਚਾ ਲਿਆਓ ਯਾਰ, ਜਿਵੇਂ ਕਿ ਅਗਲੇ ਦੋਵੇਂ ਲਿਆਓ, ਜਿਵੇਂ ਕਿ ਮੌਸਮ ਠੰਡਾ ਆ ਰਿਹਾ, ਵਜ਼ਨ ਹੀ ਬਹੁਤ ਜ਼ਿਆਦਾ ਇਨਸ਼ਾਅੱਲਾ ਇਨਸ਼ਾਅੱਲਾ। ਔਰ ਸਾਡੀ ਜਿਹੜੀ ਖੁਰਾਕ ਹੋਏਗੀ ਉਹਦੇ 'ਚ ਦੇਸੀ ਮੰਡਾ ਹੋਏਗਾ, ਸੈਲੇਜ ਹੋਏਗਾ, ਖੁਰਾਕ 'ਚ ਤੂੜੀ ਹੋਏਗੀ, ਆਲੂ ਹੋਣਗੇ, ਆਲੂ ਜਿਹੜਾ ਕਿ ਸਾਡਾ ਪਲੱਸ ਪੁਆਇੰਟ ਹੈ। ਹਾਫਿਜ਼ ਸਾਹਿਬ, ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਕਰੇ, ਤੁਹਾਡੀ ਵੀ ਕਰੇ, ਅੱਲਾਹ ਨਾ ਕਰੇ ਕਿਸੇ ਜਾਨਵਰ ਦੇ ਨਾਲ, ਅੱਲਾਹ ਨਾ ਕਰੇ ਪੇਮੈਂਟ ਲੈਣ ਤੋਂ ਬਾਅਦ ਕੋਈ ਵਾਧੀ ਘਾਟੀ ਹੋ ਜਾਂਦੀ ਹੈ, ਕੋਈ ਜਾਨਵਰ ਬਿਮਾਰ ਹੋ ਜਾਂਦਾ ਜਾਂ ਐਕਸਪਾਇਰ ਹੋ ਜਾਂਦਾ, ਉਹਦੇ ਵਾਸਤੇ ਕੀ ਤੁਸੀਂ? ਬਹੁਤ ਅੱਛਾ ਤੁਸੀਂ ਸਵਾਲ ਕੀਤਾ, ਔਰ ਇਹ ਸਵਾਲ ਜ਼ਰੂਰੀ ਹੈ। ਅਸੀਂ ਆਪਦੇ ਫਾਰਮ 'ਤੇ ਡਾਕਟਰ ਦੀ ਟੀਮ ਰੱਖੀ ਹੋਈ, 24 ਘੰਟੇ ਡਾਕਟਰ ਸਾਡੇ ਫਾਰਮ 'ਤੇ ਅਵੇਲੇਬਲ ਹੁੰਦਾ ਜੀ। ਜਾਨਵਰ ਨੂੰ ਜ਼ਰਾ ਵੀ ਮਸਲਾ ਬਣੇ, ਫੌਰਨ ਡਾਕਟਰ ਜਿਹੜਾ ਟ੍ਰੀਟਮੈਂਟ ਕਰਦਾ ਤਾਂ ਕਿ ਜਾਨਵਰ ਐਕਸਪਾਇਰ ਨਾ ਹੋ ਸਕੇ। ਲੇਕਿਨ ਲੇਕਿਨ ਉਸ ਦੇ ਬਾਵਜੂਦ ਜਿਹੜੀ ਜ਼ਿੰਦਗੀ ਉਹ ਲਾਦੇ ਹੱਥ 'ਚ, ਅਸੀਂ ਐਫਰਟ ਕਰ ਸਕਦੇ ਹਾਂ, ਅਸੀਂ ਮਿਹਨਤ ਕਰ ਸਕਦੇ ਹਾਂ, ਅਸੀਂ ਅੱਛੀ ਖੁਰਾਕ ਦੇ ਸਕਦੇ ਹਾਂ, ਅੱਛਾ ਟ੍ਰੀਟਮੈਂਟ ਦੇ ਸਕਦੇ ਹਾਂ। ਅਗਰ ਕੋਈ ਜਾਨਵਰ ਐਕਸਪਾਇਰ ਹੋ ਜਾਂਦਾ ਤਾਂ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਬੱਚੇ ਨੂੰ ਅੱਛੀ ਟ੍ਰੀਟਮੈਂਟ ਕੀਤੀ ਜਾਏ, ਬਾਕੀ ਜ਼ਿੰਦਗੀ ਮੌਤ ਅੱਲਾਹ ਦੇ ਹੱਥ 'ਚ। ਅਗਲਾ ਬੱਚਾ ਲਿਆਓ ਯਾਰ, ਜਿਹੜਾ ਮਰਜ਼ੀ ਇੱਕ ਲਿਆਓ, ਜੋੜਾ ਲਿਆਓ, ਜੋੜਾ ਜੋੜਾ ਲਿਆਓ ਜੀ। ਇਹ ਬੱਚਾ, ਦੋਨੋਂ ਬੱਚੇ ਹੀ ਸੇਮ ਨੇ, ਇੱਕ ਹੀ ਪ੍ਰਿੰਟ ਹੈ। ਇਹ ਬੱਚਾ ਥੋੜ੍ਹਾ ਵੱਡਾ, ਇਹ 6 ਲੱਖ ਰੁਪਏ 'ਚ ਹੋਇਆ ਜੀ। ਇਹਦੀ ਤੁਸੀਂ ਨਾਫ ਚਾਲਰ ਦਿਖਾਓ ਜ਼ਰਾ, ਪ੍ਰਿੰਟ ਚੈੱਕ ਕਰਾਓ, ਹਾਈਟ ਸ਼ੇਡ ਚੈੱਕ ਕਰਾਓ, ਬਹੁਤ ਖੂਬਸੂਰਤ ਬੱਚਾ ਹੈ। ਇਹਨੂੰ ਘੁਮਾ ਯਾਰ, ਚਾਰ 'ਚ ਫਿਰ ਘੁਮਾ ਦਿਖਾ। ਇਹ ਸ਼ੇਖ ਮਾਨ ਮੰਡੀ ਤੋਂ ਵੀ ਖਰੀਦਿਆ ਗਿਆ, ਪੂਰੇ 6 ਲੱਖ 'ਚ ਹੋਇਆ। ਜਿਹੜਾ ਦੋਸਤ ਵੀ ਇਹ ਲੈਣਾ ਚਾਹੁੰਦਾ, ਇਹ ਬੱਚਾ ਇਹ ਗਾਏ ਦਾ ਦੁੱਧ ਪੀਂਦਾ ਸੀ ਜਿਸ ਵੇਲੇ ਅਸੀਂ ਖਰੀਦਿਆ, ਗਾਏ ਦਾ ਦੁੱਧ ਪੀਂਦਾ ਸੀ, ਪੂਰੇ 6 ਲੱਖ 'ਚ ਹੋਇਆ। ਜਿਹੜਾ ਦੋਸਤ ਵੀ ਇਹ ਬੱਚਾ ਲੈਣਾ ਚਾਹੁੰਦਾ ਉਹ ਲੈ ਸਕਦਾ, ਟੋਰ ਕੇ ਦਿਖਾ ਯਾਰ, ਇਹਨੂੰ ਘੁਮਾ ਜ਼ਰਾ। ਮਤਲਬ ਕਿ ਬੱਚਾ ਹੀ ਇਹ ਹਾਲੇ ਵੀ, ਸਾਰੇ ਬੱਚੇ ਨੇ, ਕੱਚੇ ਖੀਰੇ ਬੱਚੇ ਨੇ। ਇਹਦਾ ਯਾਰ ਦੰਦ ਜ਼ਰਾ ਚੈੱਕ ਕਰਾਉਣੀ ਜੇ ਕਰਵਾ ਦੇਵੇ ਤਾਂ, ਕੱਚੇ ਖੀਰੇ ਬੱਚੇ ਨੇ ਜੀ ਸਾਰੇ। ਲਓ ਜੀ, ਬਿਲਕੁਲ ਕੱਚਾ ਖੀਰਾ, ਯਾਨੀ ਕਿ ਕੁਰਬਾਨੀ ਤਾਂ ਦੋਂਦਾ ਹੋਏਗਾ, ਚੌਗਾ ਨਹੀਂ ਹੋਏਗਾ। ਅਸੀਂ ਜਿੰਨੇ ਬੱਚੇ ਲੈ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਕੱਚੇ ਖੀਰੇ ਹੋਣ। ਅਗਲਾ ਬੱਚਾ ਲਿਆ ਜਾ, ਇਹ 6 ਲੱਖ ਦਾ ਜੇ ਰਜ਼ਾ ਬਾਈ, ਇਹ 5.5 ਲੱਖ ਦਾ ਪ੍ਰਿੰਟ ਵਾਲਾ ਬੱਚਾ, ਪ੍ਰਿੰਟ ਜ਼ਰਾ ਇਹਦਾ ਚੈੱਕ ਕਰੋ, ਮਾਸ਼ਾਅੱਲਾ। ਬੈਕ ਸਾਈਡ ਤੇ ਬਲੈਕ ਬਰਾਊਨ ਹੈ, ਚਿਹਰਾ ਬਰਾਊਨ ਹੈ, ਦਰਮਿਆਨ 'ਚ ਬਰਾਊਨ ਡਾਊਟ ਹੈ, ਬਾਕੀ ਸਾਰਾ ਵਾਈਟ ਹੈ। ਇਹਨੂੰ ਲੈ ਜਾ ਯਾਰ, ਮਾਸ਼ਾਅੱਲਾ। ਇਹ 5.5 ਲੱਖ, ਇਹ 5.5 ਲੱਖ ਦਾ ਹੈ। ਅਗਰ ਕੋਈ ਦੋਸਤ ਇਹ ਲੈਣਾ ਚਾਹੇ ਉਹ ਰਾਬਤਾ ਕਰ ਸਕਦਾ ਹੈ। ਮੇਰਾ ਨੰਬਰ ਦੁਬਾਰਾ ਨੋਟ ਫਰਮਾ ਲਓ, 0301-4330-25 ਵਟਸਐਪ ਨੰਬਰ ਹੈ। ਕੋਈ ਦੋਸਤ ਵੀ ਬੱਚਾ ਪਸੰਦ ਕਰਕੇ ਲੈਣਾ ਚਾਹੇ ਮੇਰੇ ਨਾਲ ਰਾਬਤਾ ਕਰ ਸਕਦਾ ਹੈ। ਹਾਫਿਜ਼ ਸਾਹਿਬ ਨਾਲ ਆਪਣਾ ਐਡਰੈਸ ਵੀ ਦੱਸ ਦਿਓ, ਅਗਰ ਕੋਈ ਭਾਈ ਆ ਕੇ ਤੁਹਾਨੂੰ ਮਿਲ ਕੇ ਕਰਨਾ ਚਾਹੇ ਤੁਹਾਡੇ ਨਾਲ ਗੱਲਬਾਤ। ਸਰ ਸਾਡਾ ਐਡਰੈਸ ਜ਼ਿਲ੍ਹਾ ਉਕਾੜਾ ਜੀ, ਤਹਿਸੀਲ ਦੀਪਾਲਪੁਰ ਹੈ, ਔਰ ਤਹਿਸੀਲ ਦੀਪਾਲਪੁਰ ਦੇ ਅੰਦਰ ਸ਼ਹਿਰ ਦਿਹਾਤ ਹੈ ਰਾਜੋਵਾਰ, ਮੇਨ ਕਸੂਰ ਦੀਪਾਲਪੁਰ ਰੋਡ ਦੇ ਉੱਪਰ ਸਾਡਾ ਫਾਰਮ ਵਾਕਿਆ ਹੈ। ਡਬਲ ਰੋਡ ਹੈ, ਵੱਡਾ ਰੋਡ ਹੈ, ਵਨ ਵੇ ਰੋਡ ਹੈ। ਅਤੇ ਜਿਹੜਾ ਦੋਸਤ ਵੀ ਇੱਥੇ ਆ ਕੇ ਸਾਡਾ ਫਾਰਮ ਵਿਜ਼ਿਟ ਕਰਨਾ ਚਾਹੇ, ਵਿਜ਼ਿਟ ਕਰਕੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਬੱਚੇ ਖਰੀਦ ਕੇ ਖੜੇ ਕਰਨਾ ਚਾਹੇ, ਜਾਂ ਪਲਾਈ ਵਾਲਾ ਬੱਚਾ ਕੁਰਬਾਨੀ ਵਾਸਤੇ ਖੜਾ ਕਰਨਾ ਚਾਹੇ, ਉਹ ਮੇਰੇ ਨਾਲ ਰਾਬਤਾ ਕਰ ਸਕਦਾ। ਔਰ ਇਨਸ਼ਾਅੱਲਾ ਸਾਡੀ ਟੀਮ ਦੀ ਇਹ ਸਾਡਾ ਦਾਅਵ ਹੈ ਕਿ ਜਿਹੜਾ ਦੋਸਤ ਵੀ ਸਾਡੇ ਨਾਲ ਕੰਮ ਕਰੇਗਾ, ਅਸੀਂ ਕੁਰਬਾਨੀ ਦੇ ਉਹਨੂੰ ਮੁਨਾਫਾ ਲੈ ਕੇ ਦਿਆਂਗੇ, ਕਿਉਂਕਿ ਸਾਡੇ ਕੋਲ ਸੋਸ਼ਲ ਮੀਡੀਆ ਦਾ ਨੈਟਵਰਕ ਬਹੁਤ ਵੱਡਾ ਹੈ, ਔਰ ਅਸੀਂ ਅੱਛੀ ਕੀਮਤ 'ਤੇ, ਮੁਨਾਸਬ ਕੀਮਤ 'ਤੇ ਵੇਚ ਕੇ ਅੱਛਾ ਮੁਨਾਫਾ ਲੈ ਕੇ ਦਿਆਂਗੇ। ਦੂਸਰਾ, ਅਗਰ ਕੋਈ ਦੋਸਤ ਕੁਰਬਾਨੀ ਵਾਲਾ ਬੱਚਾ ਖੜਾ ਕਰੇਗਾ ਘਰ ਦੀ ਪੜ੍ਹਾਈ ਵਾਸਤੇ, ਤਾਂ ਮੈਂ ਇਹ ਸਮਝਣਾ ਕਿ ਇਨਸ਼ਾਅੱਲਾ ਉਹਨੂੰ ਰਿਜ਼ਲਟ ਅਸੀਂ ਐਸਾ ਦਿਆਂਗੇ, ਕੁਰਬਾਨੀ ਦਾ ਬੱਚਾ ਵੇਖੇਗਾ ਅਤੇ ਖੁਸ਼ ਹੋ ਜਾਏਗਾ ਔਰ ਆਸ਼ਾਸ਼ ਕਰੇਗਾ। ਇਨਸ਼ਾਅੱਲਾ ਸਾਡੀ ਪੜ੍ਹਾਈ ਜਿਹੜੀ ਹੈ ਦੂਸਰੇ ਦੋਸਤਾਂ ਨਾਲ ਲਾਜਵਾਬ ਹੋਏਗੀ, ਸਾਡਾ ਅਤੇ ਦੂਸਰੇ ਦੋਸਤਾਂ ਦੀ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੋਏਗਾ, ਇਸ ਤੋਂ ਘੱਟ ਫਰਕ ਨਹੀਂ ਹੋਏਗਾ। ਸਾਡੀ ਪੜ੍ਹਾਈ ਜ਼ਬਰਦਸਤ ਹੋਏਗੀ, ਖੁਰਾਕ ਅੱਛੀ ਹੋਏਗੀ,
ਸਾਡੀ ਕੋਸ਼ਿਸ਼ ਹੈ ਕਿ ਅਸੀਂ ਫਾਰਮਰ ਨੂੰ ਜਿਹੜੇ ਦੋ ਸਾਡੇ ਕੋਲ ਬਾਇੰਗ ਕਰਨ ਪਰਚੇਜ਼ਿੰਗ ਕਰਨ ਉਹਨਾਂ ਨੂੰ ਰਿਜ਼ਲਟ ਦੇਈਏ ਤਾਂ ਕਿ ਇਸ ਸਾਲ ਅਗਰ ਕੋਈ ਇੱਕ ਬੰਦਾ ਇੱਕ ਵੱਛਾ ਖੜਾ ਕਰਦਾ ਅਗਲੇ ਸਾਲ ਉਹ ਦੋ ਵੱਛੇ ਖੜੇ ਕਰੇ, ਅਗਰ ਕੋਈ ਪੰਜ ਵੱਛੇ ਖੜਾ ਕਰਦਾ ਅਗਲੇ ਸਾਲ ਉਹ 10 ਵੱਛੇ ਖੜੇ ਕਰੇ। ਅਤੇ ਇਹ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ, ਐਡਰੈਸ ਆ ਗਿਆ, ਜਿਹੜਾ ਦੋਸਤ ਵੀ ਰਾਬਤਾ ਕਰਨਾ ਚਾਹੇ ਉਹ ਮੇਰੇ ਨਾਲ ਰਾਬਤਾ ਕਰਕੇ ਵੱਛੇ ਖਰੀਦ ਸਕਦਾ ਜੀ। ਬਹੁਤ ਸ਼ੁਕਰੀਆ ਆਫਰ ਸਾਹਿਬ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅਤੇ ਮੇਰੇ ਦੇਖਣ ਵਾਲਿਆਂ ਵਾਸਤੇ ਜਿਹੜੇ ਕਰਾਚੀ ਦੇ ਵਿੱਚ ਜਾ ਕੇ ਧੱਕੇ ਖਾਂਦੇ ਸੀ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਪਲਾਈ ਸੈਂਟਰ ਬਣਾਇਆ ਇਨਸ਼ਾਅੱਲਾ। ਜਦੋਂ ਨਾਜ਼ਰੀਨ ਕੈਸੀ ਲੱਗੀ ਆਪਕੋ ਮਾਜ਼ ਵੀਡੀਓ, ਅਗਰ ਵੀਡੀਓ ਅੱਛੀ ਲੱਗੀ ਤਾਂ ਜ਼ਰੂਰ ਕਰੇਂ, ਫਿਰ ਮਿਲੇਂਗੇ ਕੈਸੀ ਨਈ ਵੀਡੀਓ ਮੈਂ, ਤਬ ਤੱਕ ਦੇ ਇਜਾਜ਼ਤ ਅੱਲਾ ਨਿਗਹਬਾਨ।